ਕੇਜਰੀਵਾਲ ਜੇਲ੍ਹ 'ਚ ਹੈ ਜੀ, ਇਹ ਕਹਿੰਦੇ ਜੀ ਵਰਤ ਰੱਖ ਦਿਓ ਉਹਦੇ ਲਈ, 7 ਤਰੀਕ ਨੂੰ ਵਰਤ ਰੱਖ ਰਹੇ ਜੀ ਸਾਰੇ। ਤੁਸੀਂ ਵੀ ਰੱਖ ਰਹੇ ਜੀ, ਤੁਸੀਂ ਵੀ ਆਮ ਆਦਮੀ ਪਾਰਟੀ ਦੇ ਰਹੇ ਜੀ? ਨਹੀਂ, ਮੈਂ ਤਾਂ ਇਹਨਾਂ ਦੀ ਮੂਰਖਤਾ 'ਤੇ ਵੈਸੇ ਹੀ ਦੁਖੀ ਹੋ ਰਿਹਾ, ਰੋਟੀ ਖਾਣੇ ਨੂੰ ਵੈਸੇ ਨਹੀਂ ਜੀ ਕਰਦਾ, ਸਾਡਾ ਵੀ ਤਾਂ ਵਰਤੇ ਹੋ ਜਾਣਾ। ਅਤੇ ਉਹ ਤਾਂ ਕਹਿੰਦਾ ਵੀ ਮੈਂ ਜਿਹੜਾ ਮੈਡੀਕਲ ਆ ਉਹਨੂੰ ਇੰਨਾ ਉੱਚਾ ਚੱਕਤਾ, ਦੁਨੀਆ ਦੇਖਣ ਆ ਰਹੀ ਆ। ਫਿਰ ਦੁਨੀਆ ਜਿਹੜੀ ਦੇਖਣ ਆਈ ਦੀਵਾਰ 'ਤੇ ਉਹਨਾਂ ਨੂੰ ਵੀ ਕਹਿ ਦਿੰਦਾ ਵੀ ਹਸਪਤਾਲ ਆਪਣੇ ਭੰਨ ਦਿਓ, ਮਰਦ ਵਰਤ ਰੱਖੇ ਕਰੋ। ਜੇ ਉਹ ਇਸ ਵਾਸਤੇ ਰਖਾ ਰਿਹਾ ਹੈ ਵੀ ਫਿਰ ਪਰਮਾਤਮਾ ਖੁਸ਼ ਹੋ ਕੇ ਮੈਨੂੰ ਜੇਲ੍ਹ ਤੋਂ ਛੁਡਾ ਦੂੰਗਾ, ਇਟ ਮੀਨਸ ਉਹਨੂੰ ਨਿਆਂ ਪ੍ਰਣਾਲੀ 'ਤੇ ਭਰੋਸਾ ਨਹੀਂ ਹੈਗਾ। ਉਹ ਕਹੇ ਮੈਨੂੰ ਜਿੱਥੇ ਮਰਜ਼ੀ ਕਾਲੇ ਪਾਣੀ ਭੇਜ ਦਿਓ, ਮੈਂ ਕੁਛ ਨਹੀਂ ਕਰਿਆ, ਮੈਨੂੰ ਭਾਰਤ ਦੀ ਨਿਆਂ ਪ੍ਰਣਾਲੀ 'ਤੇ ਪੂਰਾ ਭਰੋਸਾ ਹੈ। ਇਹ ਜਿਹੜੀ ਨਿਆਂ ਪ੍ਰਣਾਲੀ ਆ ਇਹ ਮੇਰੇ ਗੱਲ ਗਲਤ ਨਹੀਂ ਹੋ ਸਕਦੀ, ਮੈਂ ਆਪਣੇ ਆਪ ਬਾਹਰ ਆਊਂਗਾ, ਤੁਸੀਂ ਰਾਮਗੜ੍ਹ ਲੋਕਾਂ ਨੂੰ ਕਹੇ ਕੰਮ ਕਰੋ, ਵਰਤ ਰੱਖਣ ਦੀ ਬਜਾਏ 2-2 ਰੋਟੀਆਂ ਜ਼ਿਆਦਾ ਖਾਓ। ਇੱਕ ਹੋਰ ਤੁਸੀਂ ਦੇਖੋ, ਇੱਥੋਂ ਇਹਦੀਆਂ ਬੱਸਾਂ ਭਰ ਕੇ ਗਈਆਂ, ਉਹ ਤਾਂ ਹਰਿਆਣੇ ਵਾਲਿਆਂ ਨੇ ਵੀ ਜਾਣ ਦਿੱਤੀਆਂ। ਕਿਸਾਨਾਂ ਨੂੰ ਸੰਭੂ ਬਾਰਡਰ 'ਤੇ ਮਾਰ ਮਾਰ ਗੋਲੇ ਉਹ ਸਦਾਈ ਕਰਦੇ ਉੱਥੇ ਬੈਠੇ। ਸਾਡਾ ਇੱਕ ਬੱਚਾ ਪੰਜਾਬ ਦਾ ਅੰਮ੍ਰਿਤਪਾਲ, ਬੱਚਾ ਜਾਣਦਾ ਕਿ ਉਸ ਬੰਦੇ ਨੇ ਨਹੀਂ ਕੋਈ ਗਲਤ ਕੰਮ ਕਰਿਆ, ਉਹਨੂੰ ਤਾਂ ਵਿਚਾਰੇ ਨੂੰ ਡਿਬਰੂਗੜ੍ਹ ਤੁਸੀਂ ਭੇਜਿਆ ਪੰਜਾਬ ਵਾਲਿਆਂ ਨੇ। ਉਹ ਕੇਜਰੀਵਾਲ ਤਾਂ ਉਹਦੇ ਨਾਲੋਂ ਫਿਰ ਸੌਖਾ, ਕੇਜਰੀਵਾਲ ਤਾਂ ਦਿੱਲੀ ਦਾ ਮੁੱਖ ਮੰਤਰੀ ਆ, ਦਿੱਲੀ ਦੀ ਜੇਲ੍ਹ 'ਚ ਬੈਠਾ, ਦਿੱਲੀ ਦੀਆਂ ਅਦਾਲਤਾਂ ਵਿੱਚ ਪੇਸ਼ ਹੋ ਰਿਹਾ। ਇਹਨਾਂ ਨੂੰ ਕਿਸੇ ਨੂੰ ਸ਼ਰਮ ਨਹੀਂ ਆਈ, ਕਿਸੇ ਨੂੰ ਦਇਆ ਨਹੀਂ ਆਈ, ਕਿਸੇ ਨੂੰ ਹਯਾ ਨਹੀਂ ਆਈ ਕਿ ਉਹ ਕੱਲ੍ਹ ਦਾ ਵਿਆਹ ਹੈ ਬਾਈ, ਉਹ ਬੱਚੀ ਸਾਡੀ ਧੀ, ਉਹਦੇ ਪਰ ਕਿਆ ਗੁਜ਼ਰਦੀ ਹੋਣੀ ਆ। ਸਭ ਤੋਂ ਪਹਿਲਾਂ ਭਗਵੰਤ ਮਾਨ ਨੂੰ ਕਹੇ ਵੀ ਪਹਿਲਾਂ ਅੰਮ੍ਰਿਤਪਾਲ ਨੂੰ ਬੁਲਾ ਬਾਈ ਇੱਥੇ, ਕਿ ਮੈਨੂੰ ਅੱਜ ਪਤਾ ਲੱਗਿਆ ਹੈ ਕਿ ਅਨਿਆਂ ਕਿਆ ਹੁੰਦਾ, ਅਨਿਆਂ ਦੀ ਚੀਜ਼ ਕਿਆ ਹੁੰਦੀ ਆ। ਭਗਵੰਤ ਮਾਨ 'ਤੇ ਗਲੇ ਬੈਠੇ ਜਿਹਨਾਂ ਨਾਲ ਜਿੰਨੀਆਂ ਮਰਜ਼ੀ ਗੱਲਾਂ ਕੁਹਾ ਲਓ, ਇੱਕ ਵਾਰੀ ਟੁੱਟੇ ਮੂੰਹ ਨਾਲ ਅੰਮ੍ਰਿਤਪਾਲ ਦੀ ਨੇ ਗੱਲ ਨਹੀਂ ਕਰੀ। ਉਹ ਚੱਲ ਤੁਸੀਂ ਇਹੀ ਕਹਿ ਦਿਓ ਵੀ ਅੰਮ੍ਰਿਤਪਾਲ ਬਹੁਤ ਗਲਤ ਆ, ਉਹ ਡਿਬਰੂਗੜ੍ਹ ਜੇਲ੍ਹ ਜੋਗਾ ਹੀ ਤਾਂ, ਇਹ ਤਾਂ ਕਹਿ ਦਿਓ ਕਿ ਸਾਡਾ ਕਾਨੂੰਨ ਬਦਲ ਕੇ ਕਰੇ ਕਿ ਜੇ ਨੋਟਾਂ ਦੀਆਂ ਵੋਟਾਂ ਜ਼ਿਆਦਾ ਹੋ ਗਈਆਂ ਤਾਂ ਉਹ ਕੈਂਡੀਡੇਟ 15 ਸਾਲ ਵਾਸਤੇ ਕੋਈ ਚੋਣ ਨਹੀਂ ਲੜੂੰਗਾ। ਇਹਨਾਂ ਨੂੰ ਸਾਰਿਆਂ ਲੋਕਾਂ ਨੂੰ ਵੀ ਭਾਈ ਰਲ ਮਿਲ ਕੇ ਨੋਟਾਂ ਵਾਲਾ ਲਿਆਓ, ਇੱਕ ਵਾਰੀ ਉਹ ਵੀ ਤਜਰਬਾ ਕਰ ਲਈਏ, ਕੇਜਰੀਵਾਲ ਤੋਂ ਬਾਅਦ ਇੱਕ ਨੋਟਾਂ ਹੀ ਰਹਿ ਗਿਆ ਜਿਹਦੇ ਕਰਕੇ ਸੁਧਰਨ ਦੀ ਆਸ ਆ। ਜੇ ਇਕੱਠੇ ਹੋ ਗਏ ਲੋਕ ਨੋਟਾਂ ਨੂੰ ਲਿਆਉਂਗੇ ਤਾਂ ਮੈਨੂੰ ਲੱਗਦਾ ਸੁਧਰ ਜੂੰਗੇ, ਨਹੀਂ ਤਾਂ ਫਿਰ ਨੋਟੇ ਦੀ ਬਜਾਏ ਸੋਟਾ ਹੀ ਰਹਿਣਾ, ਇੱਥੇ ਸਿਰ 'ਚ ਵੱਜੀ ਜਾਣਾ ਅਤੇ ਖਾਈ ਜਾਓ ਭਾਈ ਜਿੰਨਾ ਚਿਰ ਜਿਉਂਦੇ ਆ। ਇਹ ਇੱਕ ਬੰਦਾ ਰਾਤ ਨੂੰ ਕਿਸੇ ਦੀ ਘੋੜੀ ਚੋਰੀ ਕਰ ਲਿਆ, ਹਰ ਬੰਦਾ ਮਲਾਜੇਦਾਰ ਆਇਆ ਵੀ ਉਹਨੇ ਘੋੜੀ ਲਿਆਂਦੀ ਆ, ਹੁਣ ਉਹਨੂੰ ਪੁੱਛੇ ਵੀ ਲਿਆਂਦੀ ਕਿੰਨੇ ਦੀ ਆ। ਹੁਣ 5 ਮੇਰਾ ਖਿਆਲ ਮਿਨਿਸਟਰਾਂ ਨੂੰ ਇਹਨਾਂ ਨੇ ਮੈਂਬਰ ਪਾਰਲੀਮੈਂਟ ਟਿਕਟਾਂ ਦੇ ਦਿੱਤੀਆਂ। ਉਹ ਜਿੱਤੂਗੇ, 5 ਜਿਹੜੀਆਂ ਸੀਟਾਂ ਖਾਲੀ ਹੋ ਜਾਣੀਆਂ MLA ਦੀਆਂ, ਫਿਰ 6 ਮਹੀਨੇ ਬਾਅਦ ਜ਼ਿਮਨੀ ਚੋਣ ਹੋਊਗੀ, ਉਹ ਫਿਰ 5 ਬੰਦੇ ਇਹਨਾਂ ਨੂੰ ਦੁਬਾਰਾ ਵੀ ਤਾਂ ਖੜਾਉਣੇ ਪੈਣੇ ਆ MLA ਵਾਸਤੇ, ਫਿਰ ਉਹ 5 ਬੰਦੇ ਕਿੱਥੋਂ ਲਿਆਉਂਗੇ। ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਹੈ ਕਿ ਜੇ ਉਹ 5 ਬੰਦੇ, ਜਾਂ ਤਾਂ ਇਹ ਆ ਕਿ 5 ਬੰਦੇ ਅਜੇ 17 ਸਾਲ ਦੇ, ਉਹ 18 ਦੇ ਨਹੀਂ ਹੋਏ ਕਿ ਚੱਲ ਜਦ ਤੱਕ ਨਾਬਾਲਗ ਹੋ ਜੂਗੇ ਉਹ, ਇਹ ਆ ਉਹਨਾਂ ਦਾ ਆਪਰੇਸ਼ਨ ਹੋਇਆ ਵੱਖਾਂ ਦਾ ਵੀ ਜੇ ਪੱਟੀ ਨਹੀਂ ਖੁੱਲ੍ਹੀ, ਜਦ ਤੱਕ ਵੀ ਪੱਟੀ ਖੁੱਲ੍ਹ ਜਾਣੀ ਆ ਫਿਰ ਉਹਨਾਂ ਨੂੰ ਖੜ੍ਹੇ ਕਰ ਦੂੰਗੇ, ਕਿ ਕਾਲੇ ਮੋਤੀ ਦਾ ਆਪਰੇਸ਼ਨ ਹੋਇਆ ਵਾ 5 ਜਣਿਆਂ ਦਾ, ਭੇਜਣੇ ਤਾਂ ਇੱਧਰ ਦੇ ਪਰ ਹੁਣ ਉਹ ਹਸਪਤਾਲ ਵਿੱਚ ਪਏ ਆ। ਜੇ ਮੰਨ ਲਓ ਹਾਰ ਗਏ, ਉਹ ਵਾਪਸ ਫੇਰ ਆ ਜੂਗੇ, ਦੇਖੋ ਕਿੰਨੀ ਮੌਜ ਆ, ਤਾਂ ਉਹ ਡਿਸਕੁਆਲੀਫਾਈ ਹੋਣੀ ਚਾਹੀਦੀ, ਵਾਪਸ ਨਹੀਂ ਆ ਸਕਦੇ। 100% ਦੀ ਇੱਕ ਬੰਦੇ ਨੇ ਸਰਕਾਰੀ ਦੂਜੀ ਨੌਕਰੀ ਲੈਣੀ ਹੋਵੇ ਪਹਿਲੇ ਤਾਂ ਅਸਤੀਫਾ ਦਿੰਦਾ। ਉਹ ਜਿਵੇਂ ਨਾ ਕਈ ਵਾਰੀ ਐਂ ਹੁੰਦਾ ਨਾ ਵੀ ਮਿਲਣੀ ਦੇ ਵਿੱਚ ਕੁੜੀ ਦਾ ਸਕਾ ਮਾਮਾ ਹੁੰਦਾ, ਮੁੰਡੇ ਦਾ ਹੁੰਦਾ ਨਹੀਂ ਕੋਈ ਸਕਾ ਮਾਮਾ,
ਫਿਰ ਜਿਹੜਾ ਮੂਹਰਾ ਮਿਲਦਾ ਉਹਨੂੰ ਕਹਿੰਦੇ ਵੀ ਚੱਲ ਤੂੰ ਖੜ ਜਾ, ਤੇਰੇ ਕਿਹੜਾ ਜਾਇਦਾਦ ਨੌ ਕਰਾਉਣੀ ਆ, ਆਹ ਕੰਬਲ ਆ ਸੜਿਆ ਵਾ ਜਿਹੜਾ 150 ਦਾ ਲੈਣਾ ਤੈਂ, ਲੈ ਕੇ ਆਪਣੇ ਘਰ ਨੂੰ ਚਲੇ ਜਾਈ। ਇਹ ਮੈਨੂੰ ਲੱਗਦੀ ਮਾਮੇ ਦੇ ਤੌਰ 'ਤੇ ਖੜੇ ਕਰਦੇ ਇਹਨਾਂ ਨੇ ਵੀ ਆਹ 4-5 ਮਾਮੇ ਖੜੇ ਕਰ ਦਿਉ, ਕੰਬਲ ਲੈ ਕੇ ਮੁੜੇ ਆਉਂਗੇ, ਜਿੱਤਣਾ ਤਾਂ ਇਹਨਾਂ ਨੇ ਹੈ ਨਹੀਂ। ਕਿ ਮਰਦਮ ਸਮਾਰੀ ਕਰਨ ਵਾਲੀ ਇੱਕ ਬੀਬੀ ਕਿਸੇ ਦੇ ਘਰ ਚਲੇ ਗਈ, ਉਹ ਜਾ ਕੇ ਉਹਨੇ ਸਭ ਦੇ ਬੜੇ ਬੱਚੇ ਨੂੰ ਬੁਲਾਇਆ, ਤੁਸੀਂ ਕਿੰਨੇ ਭੈਣ ਭਾਈ ਆ? ਉਹ ਕਹਿੰਦਾ ਜੀ 9। ਬੜੀ ਹੈਰਾਨ ਹੋਈ, ਕਹਿੰਦੀ 9 ਭੈਣ ਭਾਈ? ਵੀ ਤੁਹਾਡੇ ਪਿਤਾ ਜੀ ਨੂੰ ਕਿਸੇ ਨੇ ਸਮਝਾਇਆ ਨਹੀਂ ਹੈਗਾ ਆਬਾਦੀ ਬਾਰੇ? ਕਹਿੰਦਾ ਨਹੀਂ ਜੀ, ਸਮਝਾਇਆ ਸੀ ਤੁਹਾਡੇ ਵਾਂਗੂ। ਕਹਿੰਦਾ ਹਸਪਤਾਲ ਤੋਂ ਇੱਕ ਮੈਡਮ ਆਈ ਸੀ, ਕਹਿੰਦਾ ਜਦ ਕਹਿੰਦਾ ਅਸੀਂ 6 ਭੈਣ ਅਸੀਂ 9 ਭੈਣ ਭਾਈ ਹੈਗੇ ਸੀ। ਕਹਿੰਦੀ ਫਿਰ ਸਮਝ ਗਏ? ਕਹਿੰਦਾ ਨਹੀਂ ਜੀ, ਉਹ ਜਿਹੜੀ ਆਈ ਸੀ ਹਸਪਤਾਲ ਤੋਂ ਬੀਬੀ, ਉਹਨੇ ਕਹਿੰਦਾ 1 ਘੰਟਾ ਮੇਰੇ ਪਿਤਾ ਜੀ ਨੂੰ ਸਮਝਾਇਆ, ਫਿਰ ਪਿਤਾ ਜੀ ਨੇ 2 ਘੰਟੇ ਉਹਨੂੰ ਸਮਝਾਇਆ। ਕਹਿੰਦਾ ਹੁਣ ਉਹ ਸ਼ਹਿਰ ਵਿੱਚ ਰਹਿੰਦੀ ਆ, 3 ਭੈਣ ਭਾਈ ਅਸੀਂ ਉਹਦੇ ਵਿੱਚੋਂ ਵੀ ਆ। ਮੈਨੂੰ ਹੁਣ ਇਹ ਲੱਗਦਾ ਹੈ ਕਿ ਇਹ ਜਿਹੜੇ ਕੇਜਰੀਵਾਲ ਕਹਿੰਦਾ ਵੀ ਅਸੀਂ ਇਹਨਾਂ ਨੂੰ ਸਿਖਾਉਣਾ ਹੈ, ਮੈਨੂੰ ਲੱਗਦੀ ਇਹਨਾਂ ਨੇ ਸਿਖਾਤਾ, ਹੁਣ 3 ਭੈਣ ਭਾਈ ਉਹ ਵੀ ਬਰਦਾਸ਼ਤ ਕਰਨੇ ਪੈਣੇ ਸਾਨੂੰ ਜਿਹੜੇ ਉਹਦੇ ਵਿੱਚੋਂ ਸਮਝਾਏ ਵਿੱਚੋਂ ਆਉਣੇ ਆ। ਪੋਸਟਰ ਲਾਏ ਜਾ ਰਹੇ ਆ, ਅਸੀਂ ਆਹ ਕਰਤਾ, ਸਾਡਾ ਕੰਮ ਬੋਲਦਾ ਹੈ। ਕਿਸੇ ਵੀ ਗੁਲਾਬ ਦੇ ਫੁੱਲ ਕੋਲ ਫੁੱਲ ਨੇ ਬੋਰਡ ਨਹੀਂ ਲਾਇਆ ਵਾ, ਮੇਰੇ ਤੋਂ ਖੁਸ਼ਬੂ ਆਉਂਦੀ ਆ। ਇਹ ਲੋਕ ਸਾਨੂੰ ਮੂਰਖ ਬਣਾ ਰਹੇ ਨੇ, ਵਰਤ ਰਖਾ ਰਖਾ ਕੇ ਵਰਤ ਰਹੇ ਨੇ। ਲੋਕ ਸਭਾ ਚੋਣਾਂ ਸਿਰ 'ਤੇ ਨੇ ਅਤੇ ਅਜਿਹੇ ਦੇ ਵਿੱਚ ਜਿੱਥੇ ਪਾਰਟੀਆਂ ਲੀਡਰਾਂ ਨੂੰ ਖਰੀਦਣ 'ਤੇ ਜ਼ੋਰ ਦੇ ਰਹੀਆਂ ਨੇ, ਤਾਂ ਉੱਥੇ ਬਹੁਤ ਸਾਰੇ ਲੀਡਰ ਵੀ ਆਪਣੀਆਂ ਪਾਰਟੀਆਂ ਬਦਲ ਰਹੇ ਨੇ। ਪਹਿਲਾਂ ਤਾਂ ਇਹ ਬਿਆਨ ਸਾਹਮਣੇ ਆਉਂਦੇ ਨੇ ਵੀ ਇਹ ਸਾਡੀ ਮਾਂ ਪਾਰਟੀ ਹੈ, ਅਸੀਂ ਇਸ ਤੋਂ ਬਿਨਾਂ ਤਾਂ ਮਰ ਹੀ ਜਾਵਾਂਗੇ। ਪਰ ਜਿਵੇਂ ਹੁਣ ਚੋਣਾਂ ਆ ਰਹੀਆਂ ਨੇ ਤਾਂ ਉਹ ਪਾਰਟੀ ਦੇ ਵਿੱਚ ਮੇਰਾ ਦਮ ਘੁੱਟਦਾ ਹੈ ਦਾ ਬਹਾਨਾ ਲਾ ਕੇ ਦੂਜੀ ਪਾਰਟੀ 'ਚ ਜਾ ਰਹੇ ਆ। ਸੋ ਗੱਲ ਸੁਸ਼ੀਲ ਰਿੰਕੂ ਵੀ ਨੇ ਵੀ ਉਹਨਾਂ ਨੂੰ ਤਾਂ ਟਿਕਟ ਵੀ ਦਿੱਤੀ ਆਮ ਆਦਮੀ ਪਾਰਟੀ ਨੇ, ਉਹ ਬੀਜੇਪੀ ਦੇ ਵਿੱਚ ਚਲੇ ਗਏ। ਅਤੇ ਇਸ ਤੋਂ ਇਲਾਵਾ ਸ਼ੀਤਲ ਉਂਗਰਾਲ ਉਹਨਾਂ ਦੇ ਨਾਲ, ਫਿਰ ਰਾਜਕੁਮਾਰ ਚੱਬੇਵਾਲ, ਗੁਰਪ੍ਰੀਤ ਸਿੰਘ ਜੀਪੀ, ਹੋਰ ਤਮਾਮ ਜਿਹੜੇ ਲੀਡਰ ਹੈ ਜਾਂ ਸਿਆਸੀ ਲੋਕ ਨੇ ਉਹ ਪਾਰਟੀਆਂ ਬਦਲ ਰਹੇ ਨੇ। ਸੋ ਪਿਛਾਂ ਜਾਂ ਇੱਕ ਇੰਟਰਵਿਊ ਵੀ ਕੀਤੀ ਸੀਗੀ, AMPP ਪਾਰਟੀ ਨਵੀਂ ਬਣਾਈ ਸੀਗੀ ਸਰਦਾਰ ਸਾਹਿਬ ਨੇ, ਉਹ ਉਹਨਾਂ ਲੋਕਾਂ ਖਾਤਰੇ ਸੀ ਜਿਹੜੇ ਥੁੱਕ ਜੱਟ ਲੋਕ ਨੇ, ਵੀ ਭਾਈ ਉਹ ਲੋਕ ਸਾਡੇ 'ਚ ਆ ਜਾਓ, ਉਹ ਅਸੀਂ ਇੰਟਰਵਿਊ ਤੁਹਾਨੂੰ ਦਿਖਾਈ ਆ। ਸੋ ਗੱਲਬਾਤ ਕਰਦੇ ਹਾਂ ਰਣਜੀਤ ਸਿੰਘ ਜੀ ਨਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਚੜ੍ਹਦੀ ਕਲਾ ਜੀ? ਚੜ੍ਹਦੀ ਕਲਾ ਭਾਈ, ਚੜ੍ਹਦੀ। ਅਤੇ ਆ ਰਹੀ ਹੈ ਜੀ ਫਿਰ ਉਹ ਲੀਡਰਾਂ ਦੀ ਡਿਮਾਂਡ ਜੀ ਪਾਰਟੀ ਦੇ ਵਿੱਚ ਜੀ, ਤੁਹਾਡੇ ਪਾਰਟੀ ਦੇ ਵਿੱਚ ਆ ਰਹੇ ਲੀਡਰ? ਦੇਖੋ ਅਸੀਂ ਤਾਂ ਇਹ ਸਮਝ ਲਓ ਕਿ ਪੰਜਾਬੀ 'ਚ ਕਹੀ ਇਹਨਾਂ ਦੇ ਮੂੰਹ 'ਤੇ ਚਪੇੜ ਮਾਰਨ ਵਾਸਤੇ ਇੱਕੋ ਕੀਤਾ ਸੀ ਸਾਰਾ ਕੁਛ, ਪਰ ਹਾਲਾਤ ਤਾਂ ਇਹ ਲੱਗਦਾ ਕਿ ਸੁਧਰਨ ਦੀ ਵੀ ਹੈ, ਹੋਰ ਵਿਗੜਦੇ ਜਾ ਰਹੇ ਆ ਜੋ ਅੱਜ ਚੱਲਦਾ ਹੈ। ਅੱਜ ਪੰਜਾਬ ਦਾ ਸੂਝਵਾਨ ਵੋਟਰ ਆ ਜਿਹੜਾ, ਉਹ ਉਸ ਚੁਰਾਹੇ 'ਤੇ ਖੜ੍ਹਾ ਹੈ ਜਿਸ ਚੁਰਾਹੇ ਤੋਂ ਕੋਈ ਵੀ ਰਸਤਾ ਕਿਤੇ ਨੂੰ ਨਹੀਂ ਜਾ ਰਿਹਾ। ਹੁਣ ਆਪਾਂ ਤੁਸੀਂ ਗੱਲ ਕਰੀ ਆ ਕਿ ਜਿਹੜਾ ਇਹ ਰਿੰਕੂ ਸੀ, ਮੈਂ ਆਪਣੀ ਪਾਰਟੀ ਜਿਹੜੀ ਸਾਡੀ, ਮੈਂ ਇਸ ਕਰਕੇ ਕਹਿੰਦਾ ਕਿਉਂਕਿ ਮੈਂ ਇੱਕੋ ਇੱਕ ਪਾਰਟੀ 'ਚ ਗਿਆ ਸੀ, ਉਸੀ 'ਚੋਂ ਵਾਪਸ ਆ ਗਿਆ, ਆਮ ਆਦਮੀ ਪਾਰਟੀ। ਦੇਖੋ 2022 ਦੀਆਂ ਚੋਣਾਂ ਦੇ ਵਿੱਚ ਪੰਜਾਬ ਦੇ ਲੋਕਾਂ ਨੇ 2 MLA ਬਣਨ ਜੋ, 2 ਮੁੱਖ ਮੰਤਰੀ ਬਣਨ ਜੋਗੇ MLA ਜਿਤਾਏ ਆ ਇਹਨਾਂ ਨੂੰ, ਉਹ ਵੀ ਬਿਨਾਂ ਚਾਹ ਦਾ ਕੱਪ ਪੀਤੇ। ਅਤੇ 92 MLA ਨੂੰ ਲੈ ਕੇ ਇੱਕ ਸਰਕਾਰ ਬਣੀ ਹੋਵੇ, ਇਤਿਹਾਸ ਦੇ ਵਿੱਚ ਸ਼ਾਇਦ ਇੰਨੇ MLA ਕਿਸੇ ਨੂੰ ਨਾ ਮਿਲੇ ਹੋਣ, ਅਤੇ ਉਹ ਸਰਕਾਰ ਬਣੀ, ਬਣਨ ਤੋਂ 6 ਮਹੀਨੇ ਦੇ ਅੰਦਰ
ਇੱਕ ਲੋਕ ਸਭਾ ਦੀ ਜਿਮਨੀ ਚੋਣ ਵਾਸਤੇ ਇਹਨਾਂ ਨੂੰ ਆਪਣੇ ਪੂਰੇ ਖੇਮੇ 'ਚੋਂ ਇੱਕ ਬੰਦਾ ਨਹੀਂ ਮਿਲਿਆ। 23 ਆਪਣੇ ਜ਼ਿਲ੍ਹੇ ਪੰਜਾਬ ਦੇ, 19 ਇਹਨਾਂ ਦੇ ਜ਼ਿਲ੍ਹਾ ਪ੍ਰਧਾਨ ਸੀ, ਬੁਲਾਰੇ ਸੀ, ਤਕੜੇ ਤਕੜੇ, ਬਹੁਤ ਵਧੀਆ ਬੰਦੇ ਵੀ ਸੀ, ਕਿਉਂਕਿ ਸਾਰੇ ਲੋਕ ਇਹਨਾਂ ਦੇ ਨਾਲ ਇਸੀ ਕਰਕੇ ਜੁੜੇ ਸੀ ਕਿ ਹੁਣ ਕੁਛ ਪੰਜਾਬ ਦਾ ਭਲਾ ਹੋਊਗਾ। ਪਰ ਹੁਣ ਤੁਸੀਂ ਦੇਖੋ ਜਗਦੀਪ ਜੀ ਕਿ 6 ਮਹੀਨੇ ਦੇ ਅੰਦਰ ਅੰਦਰ ਇਹਨਾਂ ਦੇ ਆਕਸੀਜਨ ਦੇ ਸਿਲੰਡਰ ਖਤਮ ਹੋ ਗਏ ਸਭ ਦੇ। ਇਹਨਾਂ ਨੂੰ ਜਿਮਨੀ ਚੋਣ ਵਾਸਤੇ, ਇੱਕ ਪਾਰਲੀਮੈਂਟ ਮੈਂਬਰ ਦੀ ਜਿਮਨੀ ਚੋਣ ਵਾਸਤੇ ਬੰਦਾ ਕਿੱਥੋਂ ਲਿਆਉਣਾ ਪਿਆ? ਕਾਂਗਰਸ 'ਚੋਂ, ਉਸ ਕਾਂਗਰਸ 'ਚੋਂ ਜਿਹਨੂੰ 6 ਮਹੀਨੇ ਪਹਿਲਾਂ ਪੰਜਾਬ ਦੇ ਲੋਕਾਂ ਨੇ ਮੂੰਹ ਤੋੜਵੀਂ ਹਾਰ ਦਿੱਤੀ ਆ। ਇਹਨਾਂ ਨੇ ਵੀ ਭੰਡਿਆ, ਇਹਨਾਂ ਨੇ ਰੱਜ ਕੇ ਭੰਡਿਆ, ਅਤੇ ਉਹ ਬੰਦਾ ਇਹਨਾਂ ਨੇ ਲਿਆਂਦਾ, ਉਹ ਬੰਦਾ ਜਿੱਤਿਆ ਵੀ। ਦੇਖੋ ਪੰਜਾਬ ਦੇ ਲੋਕਾਂ ਦੀ ਫਿਰ ਦੇਖੋ ਫਰਾਕ ਦਿਲੀ, ਉਹਨਾਂ ਨੇ ਸੋਚਿਆ ਕਿ ਸ਼ਾਇਦ ਇਹ ਵਧੀਆ ਪਾਰਟੀ, ਇਹਨਾਂ ਨੇ ਵਧੀਆ ਬੰਦਾ ਲਿਆਂਦਾ। ਉਹਨਾਂ ਨੇ ਜਿਤਾ ਦਿੱਤਾ, ਫਿਰ ਉਹਨੂੰ ਜਿਮਨੀ ਚੋਣ ਜਿੱਤੀ ਉਹਨੇ, ਅਤੇ 6 ਮਹੀਨੇ ਜਿਹੜੇ 4 ਕੱਢੇ ਉਹਨੇ, ਉਹ ਕੱਢ ਕੇ ਉਹ ਭਾਜਪਾ ਵੱਲ ਚਲੇ ਗਿਆ। ਅਤੇ ਮੈਨੂੰ ਬੜਾ ਦੁੱਖ ਹੋਇਆ ਉਹ ਖਬਰਾਂ ਦੇਖ ਕੇ ਸੁਣ ਕੇ ਕਿ ਜੀ ਪਹਿਲਾਂ ਤਾਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਉਹਦੇ ਖਿਲਾਫ਼ ਉੱਤੇ ਇੱਕ ਬੜਾ ਭਾਰੀ ਜਲੂਸ ਕੱਢਿਆ ਕਿ ਜੀ ਇਹ ਗਦਾਰ ਆ। ਫਿਰ ਕੁਛ ਦਿਨਾਂ ਬਾਅਦ ਉਹਦੇ ਪੋਸਟਰ ਲਾਏ ਗਏ, ਜਿਹੜਾ ਕਿਸੇ ਫਿਲਮ ਦੇ ਪੋਸਟਰ ਲੱਗਦੇ ਆ ਕੰਧਾਂ ਪਰ, ਬਈ ਇਹ ਗਦਾਰ ਆ। ਮੈਂ ਉਹਨਾਂ ਲੋਕਾਂ ਨੂੰ ਜਿਹੜੇ ਵਿਚਾਰੇ ਅਜੇ ਵੀ ਭਾਵਕ ਖੋਏ ਵੇ ਸਾਡੇ ਵਾਂਗੂ, ਉਹਨਾਂ ਦੀ ਭਾਵਨਾ ਦੀ ਕਦਰ ਕਰਦਾ ਹੈ, ਪਰ ਹੁਣ ਮੈਂ ਚਾਹੁੰਦਾ ਕਿ ਹੋਰ ਬਹੁਤਾ ਮੂਰਖ ਨਾ ਬਣਨ ਉਹ ਵੀ, ਜਿਹੜੇ ਇਹਨਾਂ ਦੇ ਕਹੇ 'ਤੇ ਅਗਰੈਸਿਵ ਹੁੰਦੇ ਆ, ਇਹੋ ਜਿਹੇ ਕੰਮ ਕਰਦੇ ਆ, ਕਿਉਂਕਿ ਅਸੀਂ ਉਸ ਦੌਰ 'ਚੋਂ ਗੁਜ਼ਰੇ ਆ। ਮੂਰਖ ਕਿਵੇਂ ਨਾ ਬਣਾ, ਮੂਰਖ ਕਿਵੇਂ ਹੋ ਗਏ, ਜੋ ਤਾਂ ਸਿਆਣੇ ਆ। ਜਦੋਂ ਇੱਕ ਲੀਡਰ ਇੱਧਰ ਆਇਆ ਜੀ ਤਾਂ ਹੁਣ ਉਹ ਪਾਰਟੀ ਬਦਲ ਗਿਆ ਜੀ, ਤਾਂ ਉਹ ਗਦਾਰੀ ਉਹ ਕਰ ਗਿਆ ਜੀ। ਇਹਨਾਂ ਨੇ ਕਿੱਥੇ 'ਤੇ ਲਿਆਂਦਾ ਸੀ ਉਹ? ਦੇਖੋ ਇਹ ਸਾਰੇ ਘਟਨਾਕ੍ਰਮ ਨੂੰ ਨਾ ਇੱਕ ਛੋਟੀ ਜਿਹੀ ਘਟਨਾ ਰਾਹੀਂ ਮੈਂ ਸਮਝਾ ਸਕਦਾ, ਸਭ ਦੇ ਪੱਲੇ ਪੈ ਜਾਣੀ ਆ। ਇਹ ਇੱਕ ਬੰਦਾ ਰਾਤ ਨੂੰ ਕਿਸੇ ਦੀ ਘੋੜੀ ਚੋਰੀ ਕਰ ਲਿਆ, ਘੋੜੀ ਲਿਆ ਕੇ ਖੁੰਡੇ 'ਤੇ ਬੰਨ ਲਈ। ਦੇਖੋ ਪੁਰਾਣੇ ਸਮਿਆਂ ਵਿੱਚ ਘੋੜੀ ਦਾ ਮਤਲਬ ਆ ਕਿ 4x4 ਥਾਰ ਲਿਆਉਣੀ, ਐਡੀ ਉਹਦੀ ਵੈਲਿਊ ਹੁੰਦੀ ਸੀ। ਸਵੇਰ ਨੂੰ ਆਂਢ ਗੁਆਂਢ ਘੋੜੀ ਦੇਖਣ ਆ ਗਿਆ ਅਤੇ ਹਰ ਬੰਦਾ ਮਲਾਜੇਦਾਰ ਆਇਆ ਵੀ ਉਹਨੇ ਘੋੜੀ ਲਿਆਂਦੀ ਆ। ਹੁਣ ਉਹਨੂੰ ਪੁੱਛੇ ਵੀ ਲਿਆਂਦੀ ਕਿੰਨੇ ਦੀ ਆ, ਉਹ ਕਿਸੇ ਨੂੰ ਕੁਛ ਕਹਿ ਦੇਵੇ, ਦੇਖੋ ਝੂਠੇ ਝੂਠ ਦੇ ਪੈਰ ਨਹੀਂ ਹੁੰਦੇ, ਕਿੱਥੋਂ ਲਿਆਂਦੀ ਆ, ਕਿਹੜੀ ਨਸਲ ਦੀ ਆ। ਉਹ ਬੜਾ ਪਰੇਸ਼ਾਨ ਹੋ ਗਿਆ, ਦੁਪਹਿਰੇ ਤੱਕ ਦੁਖੀ ਹੋ ਗਿਆ। ਉਹਦੀ ਮਾਂ ਕਹਿਣ ਲੱਗੀ ਕਿ ਲੋਕ ਤਾਂ ਘੋੜੀ ਲਿਆ ਕੇ ਖੁਸ਼ ਹੁੰਦੇ ਆ, ਖੁਸ਼ੀ ਨਹੀਂ ਸੰਭਾਲੀ ਜਾਂਦੀ, ਅਤੇ ਤੂੰ ਜਲਿਆ ਬੁਝਿਆ ਬੈਠਾ ਹੈ, ਵੀ ਤੂੰ ਸਹੀ ਜਵਾਬ ਕਿਹਨੂੰ ਦਿੰਦਾ ਲੋਕਾਂ ਨੂੰ? ਕਹਿੰਦਾ ਮਾਂ ਮੈਂ ਇਹਦਾ ਫਾਹਾ ਵੜ ਦੇਣਾ, ਮੈਂ ਕੱਲ੍ਹ ਨੂੰ ਵੇਚ ਦੇਣੀ ਹੈ। ਉਹ ਰਾਤ ਕੱਢੀ ਉਹਨੇ ਬੜੀ ਔਖੀ ਸਖਾਲੀ, ਦੂਸਰਾ ਦਿਨ ਮੰਡੀ ਚਲੇ ਗਿਆ ਘੋੜੀ ਨੂੰ ਲੈ ਕੇ। ਅੱਗੇ ਭਾਜਪਾ ਵਾਲਾ ਬੰਦਾ ਟੱਕਰ ਗਿਆ ਉਹਨੂੰ, ਉਹ ਕਹਿੰਦਾ ਜੀ ਘੋੜੀ ਮੈਂ ਲਊਂਗਾ, ਜੋ ਤੂੰ ਕੀਮਤ ਕਹਿੰਦਾ ਉਹ ਵੀ ਠੀਕ ਆ, ਪਰ ਮੈਂ ਘੋੜੀ ਚਲਾ ਕੇ ਦੇਖਣੀ ਆ, ਜਿਵੇਂ ਆਪਣੀ ਗੱਡੀ ਦੀ ਬੰਦਾ ਡਰਾਈਵ ਨਹੀਂ ਕਰਦਾ, ਵੀ ਮੈਂ ਇੱਕ ਵਾਰੀ ਦੇਖਾਂ ਸਹੀ। ਉਹ ਕਹਿੰਦਾ ਦੇਖ ਲਾ ਕੋਈ ਗੱਲੇ ਨਹੀਂ। ਨਾਲ ਇੱਕ ਬੰਦਾ ਹੋਰ ਖੜ ਗਿਆ ਉੱਥੇ, ਉਹਨੇ ਸਮਝਿਆ ਇਹਦਾ ਬੰਦਾ ਹੈ, ਉਹ ਘੋੜੀ ਲੈ ਕੇ ਚਲੇ ਗਿਆ, ਮੁੜਿਆ ਨਹੀਂ। ਘੰਟਾ ਲੰਘ ਗਿਆ, ਉਹ ਨਾਲ ਦੇ ਬੰਦੇ ਨੂੰ ਕਹਿੰਦਾ ਵੀ ਤੇਰਾ ਸਾਥੀ ਨਹੀਂ ਮੁੜਿਆ, ਘੋੜੀ ਕਿੱਥੇ ਆ? ਉਹ ਕਹਿੰਦਾ ਮੈਂ ਉਹਦਾ ਸਾਥੀ ਨਹੀਂ ਹੈਗਾ, ਮੈਂ ਵੀ ਘੋੜੀ ਲੈਣੀ ਸੀ, ਮੈਂ ਸੋਚਦਾ ਜੀ ਉਹਨੂੰ ਨਾ ਪਸੰਦ ਆਈ ਮੈਂ ਲੈ ਜੂੰਗਾ। ਉਹ ਘੋੜੀ ਲੈ ਕੇ ਲੰਘ ਗਿਆ ਅਤੇ ਜਦ ਸ਼ਾਮ ਨੂੰ ਆਇਆ, ਲੋਕ ਫਿਰ ਉਹੀ ਸਵਾਲ ਕਰਨ ਲੱਗ ਗਏ ਸਾਰੇ, ਬਾਈ ਘੋੜੀ ਕਿੰਨੇ ਦੀ ਵੇਚੀ? ਉਹ ਕਹਿੰਦੇ ਸਾਲ ਫਿਰ ਅਜੇ ਸਿਆਪਾ ਨਹੀਂ ਮੁੱਕਿਆ, ਘੋੜੀ ਵੀ ਚਲੇਗੀ, ਇਹਦੇ ਰਿੰਕੂ ਵੀ ਚਲੇ ਗਿਆ ਉੱਧਰ ਭਾਜਪਾ 'ਚ, ਸਵਾਲ ਫਿਰ ਖੜ੍ਹੇ ਦੇ ਖੜ੍ਹੇ। ਅਤੇ ਉਹ ਆਖਰ ਨੂੰ ਉਹਨੇ ਹੱਥ ਜੋੜ ਕੇ ਕਿਹਾ, ਕਹਿੰਦਾ ਬਾਈ ਜੀ ਜਿਹੜੇ ਭਾਅ ਲਿਆਂਦੀ ਤੀ ਉਹ ਭਾਅ ਵੇਚਤੀ, ਜਿਹੜੀ 4 ਦਿਨ ਖੱਜਲ ਖੁਆਰੀ ਕੱਟੀ ਆ, ਆ ਤੁਹਾਤੇ ਗੱਲਾਂ ਸੁਣੀਆਂ, ਉਹ ਮੈਨੂੰ ਨੁਕਸਾਨ ਹੋਇਆ ਬਸ।
ਹੁਣ ਪਤਾ ਕਿਆ ਹੈ, ਅੱਜ ਹਰ ਪਾਰਟੀ ਚੋਰ ਆ, ਘੋੜੀ ਚੋਰ ਆ, ਅਤੇ ਹਰ ਕੈਂਡੀਡੇਟ ਘੋੜੀ ਆ। ਉਹਨੂੰ ਕੁਛ ਨਹੀਂ ਪਤਾ ਵੀ ਮੈਂ ਕਿੱਥੇ ਨੂੰ ਜਾ ਰਿਹਾ। ਇੱਕ ਛੋਟਾ ਚੋਰ ਘੋੜੀ ਲਿਆਉਂਦਾ, ਬੜਾ ਚੋਰ ਉਹਦੀ ਘੋੜੀ ਗਾਹਾਂ ਲੈ ਜਾਂਦਾ, ਉਹਦੇ ਬੜਾ ਚੋਰ ਉਹਦੀ ਘੋੜੀ ਲੈ ਜਾਊਗਾ। ਇਸ ਕਰਕੇ ਇਹਨਾਂ ਨੂੰ ਦੁਖੀ ਹੋਣੇ ਦੀ ਲੋੜ ਨਹੀਂ ਹੈਗੀ, ਕਿਉਂਕਿ ਇਹ ਸਾਰੇ ਕੈਂਡੀਡੇਟ ਘੋੜੀਆਂ ਬਣ ਚੁੱਕੇ ਆ ਅਤੇ ਪਾਰਟੀਆਂ ਸਾਰੀਆਂ ਚੋਰ ਬਣ ਚੁੱਕੀਆਂ। ਫਿਰ ਲੋਕ ਕੀ ਬਣੇ ਆ ਜੀ? ਲੋਕ ਗਧੇ ਬਣ ਗਏ ਜੀ? ਫਿਰ ਮੂਰਖ ਹੋ ਗਏ ਜਿਹੜੇ ਲੋਕ ਅੱਜ ਦੀ ਡੇਟ ਵਿੱਚ ਦੇਖੋ ਬਿਲਕੁਲ ਮੂਰਖ ਆ, ਕਿਉਂਕਿ ਜਦੋਂ ਮੂਰਖ ਆ ਜਾਂ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਜੀ? ਨਹੀਂ ਮੂਰਖ, ਦੇਖੋ ਲੋਕ ਭੋਲੇ ਆ ਜੀ। ਦੇਖੋ ਆਪਾਂ ਕਿਸੇ ਦੇ ਵਿਚਾਰ ਜਾਣਨ ਵਾਸਤੇ ਸਾਡੇ ਕੋਲ ਕਿਆ ਜ਼ਰੀਏ ਆ? ਅਸੀਂ ਉਹਦੀਆਂ ਗੱਲਾਂ ਸੁਣਦੇ ਹਾਂ ਜਾਂ ਉਹਦੇ ਬਾਰੇ ਕਿਸੇ ਤੋਂ ਗੱਲਾਂ ਸੁਣਦੇ ਹਾਂ। ਇਸ ਤਰ੍ਹਾਂ ਹੀ ਜਦੋਂ ਕੇਜਰੀਵਾਲ ਰਾਜਨੀਤੀ ਦੇ ਅਖਾੜੇ 'ਚ ਆਇਆ, 13-14 ਦੀ ਗੱਲ ਆ, 14 ਦੇ ਵਿੱਚ ਪਹਿਲੀ ਵਾਰੀ ਇੱਥੇ ਚੋਣਾਂ ਲੜੀਆਂ ਇਹਨਾਂ ਨੇ। ਇੱਥੇ ਹਿੰਮਤ ਸਿੰਘ ਸ਼ੇਰਗਿੱਲ ਹਲਕਾ ਅਨੰਦਪੁਰ ਸਾਹਿਬ ਤੋਂ ਸੀ, ਮੈਂ ਉਹਦੇ ਨਾਲ ਰਿਹਾ ਕਿਉਂਕਿ ਮੈਂ ਜ਼ਿਲ੍ਹਾ ਮੀਡੀਆ ਇੰਚਾਰਜ ਸੀ ਉਹਨਾਂ ਦਾ। ਦੇਖੋ ਉਦੋਂ ਕੇਜਰੀਵਾਲ ਨੇ ਇਹ ਗੱਲ ਵਾਰ ਵਾਰ ਕਹੀ ਆ ਕਿ ਅਸੀਂ ਰਾਜਨੀਤੀ ਕਰਨ ਨਹੀਂ ਆਏ, ਅਸੀਂ ਰਾਜਨੀਤੀ ਬਦਲਣ ਆਏ ਆ, ਰਾਜਨੀਤੀ ਸਿਖਾਉਣ ਆਏ ਆ। ਰਵਾਇਤੀ ਜਿਹੜੀਆਂ ਪਾਰਟੀਆਂ ਹੈ ਜਦੋਂ ਸਾਡੇ ਪੈਟਰਨ 'ਤੇ ਕੰਮ ਕਰਨ ਲੱਗ ਗਈਆਂ ਫਿਰ ਸਾਨੂੰ ਕੋਈ ਲੋੜ ਨਹੀਂ ਹੈਗੀ ਰਾਜਨੀਤੀ ਕਰਨ ਦੀ, ਅਸੀਂ ਇਹਨਾਂ ਨੂੰ ਸਿਖਾ ਕੇ ਜਾਵਾਂਗੇ। ਅਤੇ ਲੋਕ ਵੀ ਇਹਨਾਂ ਦਾ ਸਾਥ ਦਿੱਤਾ, ਪਰ ਹੁਣ ਅੱਜ ਦੀ ਡੇਟ ਵਿੱਚ ਜੋ ਉਹਨਾਂ ਨੇ ਕਰਿਆ ਇਹ ਤਾਂ ਉਹਦੇ ਉੱਪਰ ਚਲੇ ਗਏ। ਮੈਂ ਤੁਹਾਨੂੰ ਦੱਸਦਾ ਕਿ ਇੱਕ ਕੈਂਡੀਡੇਟ ਜਿਹੜਾ ਹਾਲ ਹੀ ਵਿੱਚ ਲੋਕ ਸਭਾ ਫਤਿਹਗੜ੍ਹ ਸਾਹਿਬ ਵਾਸਤੇ ਚੁਣਿਆ, ਗੁਰਪ੍ਰੀਤ ਸਿੰਘ ਆ ਸ਼ਾਇਦ ਉਹਦਾ ਨਾਮ, ਜੀ ਪੀ, ਹਾਂ ਗੁਰਪ੍ਰੀਤ ਸਿੰਘ, ਜੀ ਪੀ ਸਿੰਘ ਲਾਉਣ 'ਤੇ ਡਰਦੇ ਹਨ ਤਾਂ ਇਹ ਇਕੱਲਾ ਲਾ ਦਿੰਦੇ ਜੀ ਪੀ ਕਿ ਗੁਰਪ੍ਰੀਤ ਕਹੋ, ਉਹਨੂੰ ਸਿੰਘ ਨਾ ਕਹੋ, ਇਹਨਾਂ ਨੂੰ ਸਿੰਘ ਤਾਂ ਉਹਦੀ ਵੀ ਐਲਰਜੀ ਆ ਨਾ। ਅਤੇ ਉਹ ਬੰਦਾ ਸਭ ਤੋਂ ਪਹਿਲਾਂ ਸੀ ਕਾਂਗਰਸ ਵਿੱਚ, ਉਹ ਤੋਂ ਬਾਅਦ ਮਨਪ੍ਰੀਤ ਜਦੋਂ ਬਣਿਆ ਹੈਗਾ ਮਿਨਿਸਟਰ, ਉਹ ਆ ਗਿਆ ਅਕਾਲੀ ਦਲ 'ਚ। ਮਨਪ੍ਰੀਤ ਨੇ ਪਾਰਟੀ ਛੱਡੀ, ਅਕਾਲੀ ਦਲ ਆਪਣੀ ਪੀ ਪੀ ਬਣਾਈ ਆ ਜਿਹਦੇ ਵਿੱਚੋਂ ਇਹ ਪੈਦਾ ਹੋਈ ਆ, ਆਪ ਉਹਦੀ ਉਹ ਪਨੀਰੀ ਆ ਸਾਰੀ ਇਹ। ਅਤੇ ਉਹ ਆ ਗਿਆ ਇਹਦੇ ਵਿੱਚ ਪੀ ਪੀ 'ਚ ਆ ਗਿਆ। ਪੀ ਪੀ ਤੋਂ ਬਾਅਦ ਆਮ ਆਪਣਾ ਹੈਗਾ ਸੀ ਜਿਹੜਾ ਮਨਪ੍ਰੀਤ ਬਾਦਲ, ਇਹ ਕਾਂਗਰਸ ਵਿੱਚ ਆ ਗਿਆ, ਉਹ ਵੀ ਕਾਂਗਰਸ ਵਿੱਚ ਆ ਗਿਆ। ਉਹਨੂੰ ਫਿਰ ਕਾਂਗਰਸ ਵਿੱਚ ਆਏ ਵੇ ਨੂੰ ਟਿਕਟ ਦਿੱਤੀ ਫਤਿਹਗੜ੍ਹ ਸਾਹਿਬ ਦੀ। ਮੇਰੇ ਜਿੱਥੇ ਤੱਕ ਜਾਣਕਾਰੀ ਆ ਕਿ ਉਹ ਬਸੀ ਪਠਾਣਾ ਤੋਂ MLA ਬਣਿਆ ਕਾਂਗਰਸ ਦਾ। ਉਦੋਂ ਬਾਅਦ ਅਗਲੀਆਂ ਚੋਣਾਂ 'ਚ ਹਾਰ ਗਿਆ, ਹੁਣ ਉਹ ਇੱਧਰੋਂ ਇੱਧਰ ਆ ਗਿਆ। ਹੁਣ ਮੈਨੂੰ ਦੱਸੋ ਵੀ ਇਹਨਾਂ ਨੇ ਰਾਜਨੀਤੀ ਕਿਹਨੂੰ ਸਿਖਾਈ ਆ, ਜਿਹੜੇ ਬੰਦਿਆਂ ਨੂੰ ਲੈ ਕੇ ਆ ਰਹੇ ਆ? ਅਤੇ ਉਹ ਤੋਂ ਬਾਅਦ ਅਗਲੀ ਗੱਲ, ਹੁਣ ਪੰਜ ਮੇਰਾ ਖਿਆਲ ਮਿਨਿਸਟਰਾਂ ਨੂੰ ਇਹਨਾਂ ਨੇ ਮੈਂਬਰ ਪਾਰਲੀਮੈਂਟ ਟਿਕਟਾਂ ਦੇ ਦਿੱਤੀਆਂ, ਜਿਹੜੇ ਸਟੈਂਡਿੰਗ ਆ ਮਿਨਿਸਟਰ ਨੇ MLA ਆ ਉਹਨਾਂ ਨੂੰ ਜਿਤਾਇਆ ਹੈ। ਮੈਨੂੰ ਹਾਲ ਤੱਕ ਨਹੀਂ ਸਮਝ ਲੱਗਦੀ ਵੀ ਸਿਖਾਇਆ ਕਿਹਨੂੰ ਆ, ਜਿਹੜੇ ਜਿਨ੍ਹਾਂ ਨੇ ਕੇਜਰੀਵਾਲ ਨੇ ਟਿਊਸ਼ਨ ਵਾਲੇ ਰੱਖੇ ਤੇ ਬੰਦੇ, ਉਹ ਕਿੱਥੇ ਗਏ? ਉਹ ਕਲਾਸਾਂ ਕਿੱਥੇ ਲੱਗੀਆਂ ਜਿੱਥੇ ਇਹਨਾਂ ਨੇ ਰਾਜਨੀਤੀ ਸਿਖਾਉਣੀ ਸੀ? ਹੁਣ ਮੰਨ ਲਓ ਉਹ ਪੰਜ ਬੰਦੇ ਜਿੱਤ ਜਾਂਦੇ ਆ, ਅਸੀਂ ਕਹਿੰਦੇ ਮਹਾਰਾਜ ਕਹਿੰਦੇ ਜਿੱਤੇ, ਉਹ ਜਿਹੜਾ ਬੰਦਾ ਜਿੱਥੇ ਖੜਦਾ ਉਹ ਜਿੱਤੂਗੇ, ਪੰਜੇ ਜਿਹੜੀਆਂ ਸੀਟਾਂ ਖਾਲੀ ਹੋ ਜਾਣੀਆਂ MLA ਦੀਆਂ, ਫਿਰ 6 ਮਹੀਨੇ ਬਾਅਦ ਜ਼ਿਮਨੀ ਚੋਣ ਹੋਊਗੀ, ਫਿਰ ਉਹ ਪੰਜੇ ਜਗ੍ਹਾ ਜ਼ਿਮਨੀ ਚੋਣ ਦਾ ਖਰਚਾ ਸਰਕਾਰ ਨੂੰ ਪਊਗਾ, ਸਾਰੀ ਖੱਜਲ ਖੁਆਰੀ ਉਹੀ ਹੋਊਗੀ। ਫਿਰ ਸਭ ਤੋਂ ਅਹਿਮ ਗੱਲ, ਉਹ ਫਿਰ ਪੰਜ ਬੰਦੇ ਇਹਨਾਂ ਨੂੰ ਦੁਬਾਰਾ ਵੀ ਤਾਂ ਖੜਾਉਣੇ ਪੈਣੇ ਆ MLA ਵਾਸਤੇ, ਫਿਰ ਉਹ ਪੰਜ ਬੰਦੇ ਕਿੱਥੋਂ ਲਿਆਉਂਗੇ? ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਹੈ ਕਿ ਜੇ ਉਹ ਪੰਜ ਬੰਦੇ, ਜਾਂ ਤਾਂ ਇਹ ਆ ਕਿ ਪੰਜ ਬੰਦੇ ਅਜੇ 17 ਸਾਲ ਦੇ, ਉਹ 18 ਦੇ ਨਹੀਂ ਹੋਏ, ਕਿ ਚੱਲ ਜਦ ਤੱਕ ਨਾਬਾਲਗ ਬਾਲਗ ਹੋ ਜੂੰਗੇ ਉਹ,
ਇਹ ਆ ਉਹਨਾਂ ਦਾ ਆਪਰੇਸ਼ਨ ਹੋਇਆ ਅੱਖਾਂ ਦਾ ਵੀ ਜੇ ਪੱਟੀ ਨਹੀਂ ਖੁੱਲ੍ਹੀ ਜਦ ਤੱਕ ਫਿਰ ਪੱਟੀ ਖੁੱਲ੍ਹ ਜਾਣੀ ਆ ਫਿਰ ਉਹਨਾਂ ਨੂੰ ਖੜ੍ਹੇ ਕਰ ਦੂੰਗੇ ਕਿ ਕਾਲੇ ਮੋਤੀ ਦਾ ਆਪਰੇਸ਼ਨ ਹੋਇਆ ਵਾ ਪੰਜ ਜਣਿਆਂ ਦਾ ਭੇਜਣੇ ਤਾਂ ਇੱਧਰ ਤੇ ਪਰ ਹੁਣ ਉਹ ਹਸਪਤਾਲ ਵਿੱਚ ਪਏ ਆ ਉਹ ਦੱਸੋ ਮੈਨੂੰ ਕਿ ਫਿਰ ਉਹ ਪੰਜ ਬੰਦੇ ਤੁਸੀਂ ਦੇਣੇ ਹੀ ਆ ਉਹ ਪੰਜ ਬੰਦੇ ਅੱਜ ਦੇ ਦਿਓ ਲੋਕ ਸਭਾ ਦੇ ਮੈਂਬਰ ਵਾਸਤੇ ਇਹ ਤਾਂ ਹੈ ਨਹੀਂ ਕਿ ਇਹਨਾਂ ਨੇ ਪਾਰਲੀਮੈਂਟ ਦੀ ਕੋਈ ਜਿਹੜੀ ਚੋਣ ਲੜਨ ਦੀ ਇਹਨਾਂ ਨੇ ਕੋਈ ਡਿਗਰੀ ਹਾਸਲ ਆ ਕਿ ਉੱਥੇ ਡਿਗਰੀ ਵਾਲੇ ਬੰਦੇ ਨੂੰ ਕਿਉਂਕਿ ਰਾਜਨੀਤੀ ਵੀ ਤਾਂ ਗੈ ਕਦਾ ਇੱਕੋ ਆ ਗਊ ਕਹਦੇ 'ਚ ਕੋਈ ਫਰਕ ਨਹੀਂ ਅਤੇ ਉਹਨਾਂ ਦਾ ਇਹ ਤਾਂ ਹੈ ਨਹੀਂ ਕਿ ਇਹਨਾਂ ਕੋਈ ਡਿਗਰੀ ਦੀ ਤਾਂ ਦਿੱਤੀਆਂ ਤੁਸੀਂ ਜਾਣ ਬੁੱਝ ਕੇ ਪੰਜਾਬ ਦਾ ਨੁਕਸਾਨ ਕਰ ਰਹੇ ਆ ਪੰਜ ਜ਼ਿਮਨੀ ਚੋਣਾਂ ਪੰਜ ਹਲਕਿਆਂ 'ਚ ਤੁਹਾਡੇ ਮੁਤਾਬਕ ਹੋ ਜਾਣੀਆਂ ਹੈ ਜਾਂ ਫਿਰ ਇਹ ਹੋ ਸਕਦਾ ਹੈ ਕਿ ਇਹਨਾਂ ਨੂੰ ਉਮੀਦ ਤਾਂ ਹੈਗੀ ਆ ਦੇਖੋ ਇੱਕ ਰਾਜਨੀਤੀ ਦਾ ਕਿੱਡਾ ਬੜਾ ਦੁਖਾਂਤ ਆ ਉਹ ਮਿਨਿਸਟਰ ਹੈਗੇ ਆ ਉਹ ਚੋਣ ਵੀ ਲੜੂੰਗੇ ਜੇ ਮੰਨ ਲਓ ਹਾਰ ਗਏ ਉਹ ਵਾਪਸ ਫੇਰ ਆ ਜੂੰਗੇ ਦੇਖੋ ਕਿੰਨੀ ਮੌਜ ਆ ਤਾਂ ਉਹ ਡਿਸਕੁਆਲੀਫਾਈ ਹੋਣੇ ਚਾਹੀਦੇ ਵਾਪਸ ਨਹੀਂ ਆ ਸਕਦੇ ਉਹ ਫੀਸ ਦੀ ਇੱਕ ਬੰਦੇ ਨੇ ਸਰਕਾਰੀ ਦੂਜੀ ਨੌਕਰੀ ਲੈਣੀ ਹੋਵੇ ਪਹਿਲੇ ਤਾਂ ਅਸਤੀਫਾ ਦਿੰਦਾ ਔਰ ਜੇ ਉਹਨੂੰ ਮੰਨ ਲਓ ਉੱਥੇ ਨਹੀਂ ਮਿਲੀ ਉਹ ਮੁੜ ਕੇ ਥੋੜ੍ਹੀ ਆ ਸਕਦਾ ਦੇਖੋ ਇਹਨਾਂ ਨੂੰ ਮੌਜਾਂ ਕਿੰਨੀਆਂ ਕਰੀ ਵੀ ਆਪਣੇ ਵਾਸਤੇ ਇਹਨਾਂ ਨੇ ਉਹ ਪੰਜੇ ਮੁੜ ਆਉਂਗੇ ਜਾਂ ਤਾਂ ਇਹਨਾਂ ਨੂੰ ਇਹ ਹੋਣਾ ਵੀ ਜਿੱਤਣ ਦਾ ਇਹਨਾਂ ਨੇ ਹੈ ਹੀ ਨਹੀਂ ਬੰਦੇ ਕਰ ਦਿਓ ਖੜ੍ਹੇ ਉਹ ਜਿਵੇਂ ਨਾ ਕਈ ਵਾਰੀ ਐਂ ਹੁੰਦਾ ਨਾ ਵੀ ਮਿਲਣੀ ਦੇ ਵਿੱਚ ਕੁੜੀ ਦਾ ਸਗਾ ਮਾਮਾ ਹੁੰਦਾ ਮੁੰਡੇ ਦਾ ਹੁੰਦਾ ਨਹੀਂ ਕੋਈ ਸਗਾ ਮਾਮਾ ਫਿਰ ਜਿਹੜਾ ਮੂਹਰਾ ਮਿਲਦਾ ਉਹਨੂੰ ਕਹਿੰਦੇ ਵੀ ਚੱਲ ਤੂੰ ਖੜ੍ਹ ਜਾ ਤੇਰੇ ਕਿਹੜਾ ਜਾਇਦਾਦ ਨੌ ਕਰਾਉਣੀ ਆ ਆਹ ਕੰਬਲ ਆ ਸੜਿਆ ਵਾ ਜਿਹੜਾ 150 ਦਾ ਲੈਣਾ ਤੈਂ ਲੈ ਕੇ ਆਪਣੇ ਘਰ ਨੂੰ ਚਲੇ ਜਾਈ ਇਹ ਮੈਨੂੰ ਲੱਗਦੀ ਮਾਮੇ ਦੇ ਤੌਰ 'ਤੇ ਖੜ੍ਹੇ ਕਰਦੇ ਇਹਨਾਂ ਨੇ ਵੀ ਆਹ ਚਾਰ ਪੰਜ ਮਾਮੇ ਖੜ੍ਹੇ ਕਰ ਦਿਓ ਕੰਬਲ ਲੈ ਕੇ ਮੁੜ ਆਉਂਗੇ ਜਿੱਤਣ ਦਾ ਇਹਨਾਂ ਨੇ ਹੈ ਹੀ ਨਹੀਂ ਦੋਵੇਂ ਪਾਸੇ ਗਲਤ ਆ ਪਾਰਟੀ ਦਾ ਐਡਾ ਕੇਡਰ ਪਾਰਟੀ ਦੇ ਸੂਝਵਾਨ ਵਰਕਰ ਉਹ ਕਿੱਥੇ ਗਏ ਉਹ ਦਰੀਆਂ ਚਾੜੂੰਗੇ ਇੱਕ ਇਹ ਤੋਂ ਵੀ ਬੜਾ ਦੁੱਖ ਜਗਦੀਪ ਜੀ ਇਹ ਆ ਕਿ 3 ਕਰੋੜ ਦੀ ਪੰਜਾਬ ਦੀ ਆਬਾਦੀ ਆਪਾਂ ਨੂੰ ਦੇਖੋ ਹੋਰ ਸਟੇਟਾਂ ਦਾ ਨਹੀਂ ਪਤਾ 117 ਸਿਰਫ ਇਹਨਾਂ ਕੋਲ MLA ਚਾਹੀਦੇ ਹਰੇਕ ਪਾਰਟੀ ਨੂੰ 13 ਲੋਕ ਸਭਾ ਮੈਂਬਰ ਕਿਸੇ ਪਾਰਟੀ ਕੋਲ ਚਾਹੇ ਉਹ ਨਵੀਂ ਚਾਹੇ ਪੁਰਾਣੀ ਚਾਹੇ ਇਹਨਾਂ ਕੋਲ ਜਿਹੜੇ ਕਹਿੰਦੇ ਅਸੀਂ ਸਿਖਾਉਣੀ ਰਾਜਨੀਤੀ ਅਤੇ ਇਹਨਾਂ ਕੋਲ 130 ਬੰਦਾ ਕਿਸੇ ਕੋਲ ਨਹੀਂ ਹੈਗਾ ਹੈਗਾ ਕਿਸੇ ਕੋਲ 130 ਬੰਦਾ ਉਹ ਉੱਧਰ ਤੇ ਲਿਆਉਂਦਾ ਹੈ ਉਹ ਇੱਧਰ ਤੇ ਲਿਆਉਂਦਾ ਹੈ ਉਹ MLA ਨੂੰ MP ਖੜਾਉਂਦਾ MP ਨੂੰ MLA ਖੜਾਉਂਦਾ ਕੈਪਟਨ ਵੀ ਇੱਕਣੀ ਸੀ 130 ਬੰਦਾ ਤਾਂ ਹੋਊਗਾ ਜੀ ਕਿਉਂਕਿ ਜਿਹੜੇ ਲੋਕ ਕਰਦੇ ਆ ਬਹੁਤ ਜ਼ਿਆਦਾ ਸੇਵਾ ਦਿਨ ਰਾਤ ਲੱਗੇ ਹੋਏ ਆ ਜੀ ਉਹਨਾਂ ਨੂੰ ਇਹਨੇ ਅੱਗੇ ਆਉਣ ਦਿੱਤਾ ਜਾਂਦਾ ਫਿਰ ਉਹ ਵਿਰੋਧ ਵੀ ਨਹੀਂ ਕਰਦੇ ਦੇਖੋ ਤਾਂ ਇਹ ਵੀ ਆ ਨਾ ਵੀ ਤੁਸੀਂ ਉਹ ਵਿਰੋਧ ਕਰ ਲਓ ਜਿਨ੍ਹਾਂ ਨੇ ਭਾਈ ਬਹੁਤ ਮਿਹਨਤ ਕੀਤੀ ਹੈ ਵਿਰੋਧ ਕਰ ਲਓ ਪਰ ਇਹ ਚਾਹੁੰਦੇ ਮੈਨੂੰ ਲੱਗਦਾ ਵੀ ਤੇਰੇ ਕੋਲ ਭਾਈ ਕੀ ਹੈ ਦੇਣ ਨੂੰ ਹਾਂ ਦੇਖੋ ਜਿਹੜਾ ਬੰਦਾ ਇੱਦੀਆਂ ਜੁੱਤੀਆਂ ਖਾਣੇ ਤੋਂ ਬਾਅਦ ਵੀ ਉੱਥੇ ਚਿਪਕਿਆ ਵਾ ਇਹਦਾ ਮਤਲਬ ਉਹਨੂੰ ਬੁਰਕੀ ਦਾ ਲਾਲਚ ਹੈਗਾ ਮੈਂ ਤਾਂ ਦੇਖੋ ਇਹਨਾਂ ਨੂੰ ਇਹ ਪੁੱਛਣਾ ਚਾਹੁੰਦਾ ਹੈ ਤਾਂ ਉਹਨਾਂ ਨੂੰ ਭੇਡ ਦਾ ਨਾਮ ਦਿੰਦੇ ਆ ਜੀ ਨਹੀਂ ਬਿਲਕੁਲ ਭੇਡਾਂ ਹੀ ਬਿਲਕੁਲ ਭੇਡਾਂ ਹੈ ਦੇਖੋ ਮੇਰੇ ਕੰਨਾਂ ਵਿੱਚ ਉਹ ਲਫ਼ਜ਼ ਅੱਜ ਵੀ ਗੂੰਜਦੇ ਆ ਵੀ ਕੇਜਰੀਵਾਲ ਕਹਿੰਦਾ ਅਸੀਂ ਰਾਜਨੀਤੀ ਸਿਖਾਉਣੀ ਆ ਕਰਨੀ ਨਹੀਂ ਹੈਗੀ ਅਸੀਂ ਵੀ ਤਾਂ ਹੀ ਭੱਜੇ ਤੇ ਘਰ ਬਾਰ ਛੱਡ ਕੇ ਵੀ ਅੱਜ ਹੁਣ ਪੰਜਾਬ ਦਾ ਕੁਝ ਬਣੂਗਾ ਵੀ ਗੁਰੂ ਸਾਹਿਬਾਨਾਂ ਤੋਂ ਬਾਅਦ ਜੇ ਕੋਈ ਪੰਜਾਬ ਨੂੰ ਬਚਾਉਣ ਵਾਲਾ ਆਇਆ ਤਾਂ ਕੇਜਰੀਵਾਲ ਹੈ ਅਤੇ ਅੱਜ ਜਦ ਦੇਖਦੇ ਆ ਵੀ ਭਾਜਪਾ ਦੇ ਬੰਦੇ ਨੂੰ ਟਿਕਟ ਕਾਂਗਰਸ ਦੇ ਬੰਦੇ ਨੂੰ ਟਿਕਟ ਇਹਨਾਂ ਕੋਲੋਂ ਭੱਜ ਗਿਆ ਉਹਦਾ ਵਿਰੋਧ ਇਹਨਾਂ ਮੈਨੂੰ ਇਸ ਹੁਣ ਪੁੱਛਣਾ ਮੈਂ ਚਾਹੁੰਦਾ ਇਹਨਾਂ ਨੂੰ ਵੀ ਤੁਸੀਂ ਜਿਹੜੀ ਟਿਊਸ਼ਨ ਸੈਂਟਰ ਤਾਂ ਉਹਨੂੰ ਕਿਆ ਅੱਗ ਲੱਗ ਗਈ ਤੁਹਾਡੇ ਨੂੰ ਜਿਹਨੂੰ ਤੁਸੀਂ ਟਿਊਸ਼ਨ ਦੇਣੀ ਸੀ ਰਾਜਨੀਤੀ ਸਿਖਾਉਣ ਦੀ ਮੈਨੂੰ ਤਾਂ ਜਗਦੀਪ ਜੀ ਹੁਣ ਇਸ ਤਰ੍ਹਾਂ ਲੱਗ ਰਿਹਾ ਵੀ ਜਿਹੜੇ ਕਾਂਗਰਸ ਵਾਲੇ ਆ ਜਾਂ ਹੋਰ ਪਾਰਟੀਆਂ ਵਾਲੇ ਆ ਉਹ ਇਹਨਾਂ ਨੂੰ ਸਿਖਾ ਰਹੇ ਆ ਕਹਿ ਕੇ ਤਾਂ ਇਹ ਆਏ ਸੀ ਵੀ ਅਸੀਂ ਉਹਨਾਂ ਨੂੰ ਸਿਖਾਉਂਗੇ ਉਹ ਬਿਲਕੁਲ ਜਿਹੜੀ ਤੁਹਾਨੂੰ ਮੈਂ ਗੱਲ ਦੱਸਦਾ ਇਹ ਹਾਲਾਤ ਜਿਹੜੇ ਬਣੇ ਹੋਏ ਆ ਉਹ ਇਹੋ ਜਿਹੇ ਆ ਕਿ ਮਰਦਮ ਸਮਾਰੀ ਕਰਨ ਵਾਲੀ ਇੱਕ ਬੀਬੀ ਕਿਸੇ ਦੇ ਘਰ ਚਲੇਗੀ ਉਹ ਜਾ ਕੇ ਉਹਨੇ ਸਭ ਦੇ ਬੜੇ ਬੱਚੇ ਨੂੰ ਬੁਲਾਇਆ ਦੇਖ ਕੇ ਵੀ ਸਭ ਤੋਂ ਵੱਡਾ ਜਵਾਬ ਦਊਂਗਾ ਮੈਨੂੰ ਗੱਲਾਂ ਦਾ ਕਿਉਂਕਿ ਪਰਫੋਰਮ ਹੁੰਦਾ ਉਹਨਾਂ ਕੋਲ ਉਹ ਭਰਨ ਲੱਗੀ
ਬੇਟਾ ਤੁਹਾਡੇ ਪਿਤਾ ਜੀ ਦਾ ਕਿਆ ਨਾਂ ਹੈ, ਆਹ ਹੈ ਤੁਹਾਡੇ ਪਿਤਾ ਜੀ ਕਿਆ ਕਰਦੇ ਆ, ਆਹ ਕੰਮ ਕਰਦੇ ਆ, ਤੁਸੀਂ ਕਿੰਨੇ ਭੈਣ ਭਾਈ ਆ? ਉਹ ਕਹਿੰਦਾ ਜੀ ਨੌਂ। ਉਹ ਬੜੀ ਹੈਰਾਨ ਹੋਈ, ਕਹਿੰਦੀ ਨੌਂ ਭੈਣ ਭਾਈ? ਤੈਨੂੰ ਬੇਟਾ ਪਤਾ ਨਹੀਂ ਕਿ ਅੱਜ ਦੇਸ਼ ਦੇ ਵਿੱਚ ਸਭ ਤੋਂ ਬੜੀ ਸਮੱਸਿਆ ਜਿਹੜੀ ਹੈਗੀ ਆ ਉਹ ਸਾਡੀ ਆਬਾਦੀ ਆ। ਅੱਜ ਅਸੀਂ ਚਾਈਨਾ ਨੂੰ ਕ੍ਰੋਸ ਕਰਦੇ ਜਾਂਦੇ ਹਾਂ। ਵੀ ਤੁਹਾਡੇ ਪਿਤਾ ਜੀ ਨੂੰ ਕਿਸੇ ਨੇ ਸਮਝਾਇਆ ਨਹੀਂ ਹੈਗਾ ਆਬਾਦੀ ਬਾਰੇ? ਕਹਿੰਦਾ ਨਹੀਂ ਜੀ, ਸਮਝਾਇਆ ਸੀ ਪਿਤਾ ਜੀ ਨੂੰ ਸਮਝਾਇਆ। ਕਹਿੰਦਾ ਤੁਹਾਡੇ ਵਾਂਗੂ, ਕਹਿੰਦਾ ਹਸਪਤਾਲ ਤੋਂ ਇੱਕ ਮੈਡਮ ਆਈ ਸੀ, ਕਹਿੰਦਾ ਜਦ ਕਹਿੰਦਾ ਅਸੀਂ ਛੇ ਭੈਣ ਆਪਣੇ ਅਸੀਂ ਨੌ ਭੈਣ ਭਾਈ ਹੈਗੇ ਤੇ, ਜਦ ਉਹ ਆਈ ਆ, ਕਹਿੰਦਾ ਉਹਨੇ ਆ ਕੇ ਮੇਰੇ ਪਿਤਾ ਜੀ ਨੂੰ ਕਿਹਾ ਵੀ ਆਬਾਦੀ ਬਹੁਤ ਵੱਧ ਰਹੀ ਆ, ਤੁਸੀਂ ਪਰਿਵਾਰ ਨਿਯੋਜਨ ਦੇ ਕੋਈ ਜਿਹੜੇ ਸਾਧਨ ਵਰਤੋ ਭਾਈ, ਇਹ ਤਾਂ ਬਹੁਤ ਮਾੜਾ ਕੰਮ ਹੋ ਰਿਹਾ ਹੈ। ਕਹਿੰਦੀ ਫਿਰ ਸਮਝ ਗਏ? ਕਹਿੰਦਾ ਨਹੀਂ ਜੀ, ਉਹ ਜਿਹੜੀ ਆਈ ਸੀ ਹਸਪਤਾਲ ਤੋਂ ਬੀਬੀ, ਉਹਨੇ ਕਹਿੰਦਾ ਇੱਕ ਘੰਟਾ ਮੇਰੇ ਪਿਤਾ ਜੀ ਨੂੰ ਸਮਝਾਇਆ, ਫਿਰ ਪਿਤਾ ਜੀ ਨੇ ਦੋ ਘੰਟੇ ਉਹਨੂੰ ਸਮਝਾਇਆ। ਕਹਿੰਦਾ ਹੁਣ ਉਹ ਸ਼ਹਿਰ ਵਿੱਚ ਰਹਿੰਦੀ ਆ, ਤਿੰਨ ਭੈਣ ਭਾਈ ਅਸੀਂ ਉਹਦੇ ਵਿੱਚੋਂ ਵੀ ਆ। ਕਹਿੰਦਾ ਟੋਟਲ 12 ਹੋ ਗਏ ਹੁਣ ਅਸੀਂ। ਮੈਨੂੰ ਹੁਣ ਇਹ ਲੱਗਦਾ ਹੈ ਕਿ ਇਹ ਜਿਹੜੇ ਕੇਜਰੀਵਾਲ ਕਹਿੰਦਾ ਵੀ ਅਸੀਂ ਇਹਨਾਂ ਨੂੰ ਸਿਖਾਉਣਾ ਹੈ, ਮੈਨੂੰ ਲੱਗਦੀ ਇਹਨਾਂ ਨੇ ਸਿਖਾਤਾ, ਹੁਣ ਤਿੰਨ ਭੈਣ ਭਾਈ ਉਹ ਵੀ ਬਰਦਾਸ਼ਤ ਕਰਨੇ ਪੈਣੇ ਸਾਨੂੰ ਜਿਹੜੇ ਉਹਦੇ ਵਿੱਚੋਂ ਸਮਝਾਏ ਵਿੱਚੋਂ ਆਉਣੇ ਆ। ਉਹ ਦੁਰ ਫਿੱਟੇ ਮੂੰਹ ਤੁਹਾਡਾ। ਜਗਦੀਪ ਜੀ, ਅੱਜ ਪੋਸਟਰ ਲਾਏ ਜਾ ਰਹੇ ਆ, ਅਸੀਂ ਆਹ ਕਰਤਾ, ਸਾਡਾ ਕੰਮ ਬੋਲਦਾ ਹੈ, ਸਾਡਾ ਉਹ ਬੋਲਦਾ ਹੈ। ਅੱਜ ਕੇਜਰੀਵਾਲ ਉੱਥੇ ਪਿੱਟ ਰਿਹਾ ਵੀ ਜੇਲ੍ਹ ਵਿੱਚ ਆ ਜੀ, ਕੰਮ ਕਿਸੇ ਨੂੰ ਦੱਸਣਾ ਨਹੀਂ ਪੈਂਦਾ। ਕਿਸੇ ਵੀ ਗੁਲਾਬ ਦੇ ਫੁੱਲ ਕੋਲ ਫੁੱਲ ਨੇ ਬੋਰਡ ਨਹੀਂ ਲਾਇਆ ਵਾ, ਮੇਰੇ ਤੋਂ ਖੁਸ਼ਬੂ ਆਉਂਦੀ ਆ, ਸਭ ਨੂੰ ਪਤਾ ਹੁੰਦਾ ਹੈ। ਮੈਂ ਹੈਰਾਨ ਹਾਂ, ਤੁਹਾਨੂੰ ਮੈਂ ਇੱਕ ਬਹੁਤ ਵਧੀਆ ਇੰਸੀਡੈਂਟ ਜਿਹੜਾ ਹੈਗਾ ਜੋ ਵਾਪਰਿਆ ਇਤਿਹਾਸ ਵਿੱਚ ਉਹ ਅੱਜ ਦੱਸ ਰਿਹਾ ਹੈ। ਜਿਹੜੇ ਇਹ MLA ਸਾਡੇ ਹਰੇ ਹੜੇ ਫਿਰਦੇ ਆ, ਕੋਈ ਮਿੱਟੀ ਖਾਣਾ ਸੱਪ ਬਣਿਆ ਵਾ, ਕੋਈ ਰੇਤਾ ਢੋ ਰਿਹਾ, ਕੋਈ ਕੁਛ ਕਰ ਰਿਹਾ, ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਕਿ ਦੁਨੀਆ ਵਿੱਚ ਬਹੁਤੀ ਦੇਰ ਨਹੀਂ ਕਿਸੇ ਨੇ ਰਹਿਣਾ। ਇੱਥੇ ਮਾਣ ਵਾਲੀ ਦੱਸ ਕਿਹੜੀ ਚੀਜ਼ ਆ? ਤੂੰ ਨੀਵਾਂ ਹੋ ਕੇ ਚੱਲ ਸੋਹਣਿਆ, ਦੱਸ ਜਾਂਦਾ ਹੋਇਆ ਦੇਖੀ ਕੀ ਦੇ ਕੇ ਜਾਏਗਾ, ਪਸ਼ੂ ਤਾਂ ਦਿੰਦੇ ਖੱਲ ਸੋਹਣਿਆ। ਮੈਂ ਤੁਹਾਨੂੰ ਇਹਨਾਂ ਨੂੰ ਦੱਸਦਾ ਕਿ ਇਹਨਾਂ ਨੇ ਨਹੀਂ ਪੜ੍ਹਿਆ ਹੁੰਦਾ, ਕੋਈ ਇਹੋ ਜਿਹੀ ਚੀਜ਼ ਨਹੀਂ ਪੜ੍ਹੀ ਹੁੰਦੀ ਨਾ ਲੋਕਾਂ ਨੇ, ਕਿਉਂਕਿ ਇਹ ਮਾਇਆਧਾਰੀ ਆ, ਤਾਨਾ ਬੋਲਾ ਗੁਰੂ ਸਾਹਿਬ ਕਹਿੰਦੇ ਆ, ਇਹਨਾਂ ਦਾ ਆਹ ਸਾਰਾ ਜਿਹੜਾ ਫੋਕਸ ਆ ਉਹ ਉੱਥੇ ਹੀ ਹੋਇਆ ਵਾ। ਹੁਣ ਮੈਂ ਤੁਹਾਨੂੰ ਦੱਸਦਾ ਹੈ ਕਿ 1814 ਦੇ ਵਿੱਚ ਅੰਗਰੇਜ਼ਾਂ ਦੇ ਰਾਜ ਸਮੇਂ ਕੇਰਲਾ ਸਟੇਟ ਦੇ ਵਿੱਚ ਅੰਗਰੇਜ਼ਾਂ ਨੇ ਇੱਕ ਬਹੁਤ ਸੁਲਝੀ ਹੋਈ ਬੀਬੀ ਨੂੰ ਗਵਰਨਰ ਲਾਤਾ। ਮੈਂ ਬੜਾ ਲੱਭਦਾ ਰਿਹਾ, ਮੈਨੂੰ ਨੌਂ ਨਹੀਂ ਉਹਦਾ ਮਿਲ ਸਕਿਆ, ਕਾਫੀ ਬਸ ਜਿੰਨੀ ਕੁ ਮੇਰੇ ਹੱਥ ਪੱਲਾ ਵੱਜਦਾ ਸੀ ਵੱਜਿਆ। 1814 ਦੇ ਵਿੱਚ ਉਹਨੂੰ ਗਵਰਨਰ ਲਾਤਾ ਅੰਗਰੇਜ਼ਾਂ ਨੇ ਕੇਰਲਾ ਦੀ। ਉਸ ਬੀਬੀ ਨੇ ਜਿੰਨਾ ਸਰਕਾਰ ਤੋਂ ਪੈਸਾ ਆਉਂਦਾ ਸੀ ਸਟੇਟ ਵਾਸਤੇ, ਉਹਦਾ 80% ਹਿੱਸਾ ਐਜੂਕੇਸ਼ਨ ਵਾਸਤੇ ਵਰਤਿਆ। ਉਹ ਕਹਿੰਦੀ ਗਲੀਆਂ ਨਾਲੀਆਂ ਨੂੰ ਦਫਾ ਕਰੋ, ਟੋਬੇ ਪੱਕੇ ਕਰਾਉਣੇ ਨੂੰ ਛੱਡੋ, ਇਹਨਾਂ ਨੂੰ ਬਾਕੀ ਕੰਮ ਬਾਅਦ 'ਚ ਕਰਾਂਗੇ, ਕਿ ਮੈਂ ਐਜੂਕੇਸ਼ਨ ਵਾਸਤੇ ਕੰਮ ਕਰਨਾ ਹੈ। ਨਵੇਂ ਸਕੂਲ, ਨਵੇਂ ਅਧਿਆਪਕ ਜੋ ਹੀਲੇ ਬਣਦੇ ਸੀ ਉਸ ਬੀਬੀ ਨੇ, ਉਹ 1814 ਤੋਂ ਲੈ ਕੇ 26 ਤੱਕ ਰਹੀ। 12 ਸਾਲ ਉਹ ਕੇਰਲਾ ਦੀ ਗਵਰਨਰ ਰਹੀ ਆ। ਉਹਨੇ ਐਡਾ ਮਿਆਰ ਉੱਚਾ ਚੁੱਕਿਆ ਕੇਰਲਾ ਦਾ, ਵਿੱਦਿਆ ਦਾ, ਫਿਰ ਉਹਨੂੰ ਅੰਗਰੇਜ਼ਾਂ ਨੂੰ ਰੜਕਣ ਲੱਗ ਗਈ, ਉਹਨੂੰ ਹਟਾ ਦਿੱਤਾ ਗਿਆ ਸੀ। ਪਰ 12 ਸਾਲ ਦੀ ਉਹਦੀ ਜਿਹੜੀ ਸਮਝ ਲਓ ਮਿਹਨਤ ਅਤੇ ਉਹਦੀ ਸਾਫ਼ ਨੀਤ ਨੇ ਕੰਮ ਕਰਿਆ। ਤੁਸੀਂ ਸੁਣ ਕੇ ਹੈਰਾਨ ਹੋਵੋਗੇ, ਨਹੀਂ ਕਿਸੇ ਨੂੰ ਪਤਾ ਕਿ 1970 ਦੇ ਵਿੱਚ ਕੇਰਲਾ ਦੇ ਸਰਕਾਰੀ ਸਕੂਲਾਂ ਵਿੱਚ ਕੰਪਿਊਟਰ ਦੀ ਪੜ੍ਹਾਈ ਸ਼ੁਰੂ ਹੋ ਗਈ ਸੀ। ਤੁਹਾਡਾ ਕਾਹਦਾ ਜਨਮ? 1979 ਦਾ। 1970 ਦੇ ਵਿੱਚ
ਪੂਰੇ ਦੇਸ਼ ਵਿੱਚ ਕੇਰਲਾ ਦੀ ਸਟੇਟ ਦੇ ਵਿੱਚ ਕੰਪਿਊਟਰ ਪੜ੍ਹਾਉਣਾ ਸ਼ੁਰੂ ਕਰਤਾ ਤਾ ਸਰਕਾਰੀ ਸਕੂਲਾਂ 'ਚ। ਅੱਜ ਤੱਕ 98 ਸਾਲ ਹੋ ਗਏ ਉਸ ਬੀਬੀ ਨੂੰ ਇਹ ਕਰੇ ਇਹਨੂੰ ਕੰਮ। ਅੱਜ ਵੀ ਪੂਰੇ ਦੇਸ਼ ਦਾ ਵਿੱਚ ਜਿਹੜਾ ਵਿੱਦਿਆ ਦਾ ਮਿਆਰ ਆ ਉਹ ਕੇਰਲਾ ਦਾ ਸਾਰੇ ਦੇਸ਼ ਤੋਂ ਉੱਚਾ ਹੈ। ਅੱਜ ਯੂਰਪ ਕੰਟਰੀਆਂ ਵਿੱਚ ਕੇਰਲਾ ਦੇ ਲੋਕ ਡਾਕਟਰ ਆ। ਅੱਜ ਤੁਸੀਂ ਇਕੱਲੇ PGI ਚਲੇ ਜਾਇਓ ਤੁਹਾਨੂੰ ਮੈਂ ਕਹਿੰਦਾ ਵੀ 50% ਤੋਂ ਵੱਧ ਡਾਕਟਰ ਕੇਰਲਾ ਦੇ ਮਿਲੂਗੇ। ਮੇਰਾ ਕਹਿਣ ਤੋਂ ਭਾਵ ਹੈ ਕਿ ਉਸ ਬੀਬੀ ਨੇ ਸਿਰਫ 12 ਸਾਲ, ਜੇ ਬੰਦੇ ਕੋਲ ਪਾਵਰ ਹੋਵੇ ਅਤੇ ਨੀਤ ਹੋਵੇ ਉਹ ਕੁਛ ਵੀ ਕਰ ਸਕਦਾ ਹੈ। ਉਹਦੇ ਕੋਲ ਪਾਵਰ ਸੀ, ਦੇਖੋ ਅਸੀਂ ਤੁਸੀਂ ਰੌਲਾ ਪਾ ਸਕਦੇ ਆ। ਉਹਨੇ ਐਜੂਕੇਸ਼ਨ 'ਤੇ ਕੰਮ ਕੀਤਾ ਅਤੇ ਅੱਜ ਕੇਜਰੀਵਾਲ ਜੇਲ੍ਹ 'ਚ ਹੈ ਜੀ। ਇਹ ਕਹਿੰਦੇ ਜੀ ਵਰਤ ਰੱਖ ਦਿਓ ਉਹਦੇ ਲਈ, 7 ਤਰੀਕ ਨੂੰ ਵਰਤ ਰੱਖ ਰਹੇ ਜੀ ਸਾਰੀ। ਤੁਸੀਂ ਵੀ ਰੱਖ ਰਹੇ ਜੀ, ਤੁਸੀਂ ਵੀ ਆਮ ਆਦਮੀ ਪਾਰਟੀ ਦੇ ਰਹੇ ਜੀ। ਨਹੀਂ ਮੈਂ ਤਾਂ ਇਹਨਾਂ ਦੀ ਮੂਰਖਤਾ 'ਤੇ ਵੈਸੇ ਹੀ ਦੁਖੀ ਹੋ ਰਿਹਾ, ਰੋਟੀ ਖਾਣ ਨੂੰ ਵੈਸੇ ਨਹੀਂ ਜੀ ਕਰਦਾ, ਸਾਡਾ ਵੀ ਤਾਂ ਵਰਤੇ ਹੋ ਜਾਣਾ। ਜੇ ਇਹੋ ਜਿਹੇ ਜੈਂਟ ਅਸੀਂ ਖੜੇ ਕਰੇ ਵੇ ਦੇਸ਼ ਵਿੱਚ ਫਿਰ ਬਾਕੀ ਨੂੰ ਕਿਹੜਾ ਭੁੱਖ ਲੱਗਣੀ ਆ, ਸਾਡਾ ਆਟੋਮੈਟਿਕਲੀ ਵਰਤ ਹੋ ਜਾਣਾ। ਮੈਨੂੰ ਇੱਕ ਗੱਲ ਦੱਸੋ, ਵਰਤ ਉਹ ਇਸ ਕਰਕੇ ਰਖਾ ਰਿਹਾ ਵੀ ਇਹ ਧਾਰਮਿਕ ਕੰਮ ਆ ਵਰਤ ਰੱਖਣਾ, ਅਤੇ ਇਹਦਾ ਮਤਲਬ ਤਾਂ ਇਹ ਹੋਇਆ ਨਾ ਤੰਦਰੁਸਤੀ ਲਈ ਰੱਖ ਰਹੇ, ਉਹੀ ਹੋ ਗਿਆ ਫਿਰ ਤੰਦਰੁਸਤੀ ਵਾਸਤੇ ਵਰਤ ਰੱਖ ਰਹੇ ਆ। ਅਤੇ ਉਹ ਤਾਂ ਕਹਿੰਦਾ ਵੀ ਮੈਂ ਜਿਹੜਾ ਮੈਡੀਕਲ ਆ ਉਹਨੂੰ ਇੰਨਾ ਉੱਚਾ ਚੱਕਤਾ, ਦੁਨੀਆ ਦੇਖਣ ਆ ਰਹੀ ਆ, ਫਿਰ ਦੁਨੀਆ ਜਿਹੜੀ ਦੇਖਣ ਆਈ ਦੇ ਬਾਰ ਦੇ ਉਹਨਾਂ ਨੂੰ ਵੀ ਕਹਿ ਦਿੰਦਾ ਵੀ ਹਸਪਤਾਲ ਆਪਣੇ ਭੰਨ ਦਿਓ, ਮਰਦ ਵਰਤ ਰੱਖੇ ਕਰੋ, ਨਹੀਂ ਉੱਥੇ ਅੱਗ ਲਾਉਣੀ ਫਿਰ ਹਸਪਤਾਲ। ਜੇ ਉਹਦੀ ਤੰਦਰੁਸਤੀ ਵਰਤੇ ਰੱਖਣਾ, ਜੇ ਉਹ ਇਸ ਵਾਸਤੇ ਰਖਾ ਰਿਹਾ ਹੈ ਵੀ ਫਿਰ ਪਰਮਾਤਮਾ ਖੁਸ਼ ਹੋ ਕੇ ਮੈਨੂੰ ਜੇਲ੍ਹ ਤੋਂ ਛੁਡਾ ਦੂੰਗਾ, ਇਟ ਮੀਨਸ ਉਹਨੂੰ ਨਿਆਂ ਪ੍ਰਣਾਲੀ 'ਤੇ ਭਰੋਸਾ ਨਹੀਂ ਹੈਗਾ। ਦੇਖੋ ਦੋਵੇਂ ਗੱਲਾਂ ਹੋ ਸਕਦੀਆਂ, ਜੇ ਤੁਸੀਂ ਇਹਨੂੰ ਧਾਰਮਿਕ ਵਿਧੀ ਸਮਝਦੇ ਆ, ਧਾਰਮਿਕ ਪ੍ਰਕਿਰਿਆ ਸਮਝਦੇ ਵਰਤ ਰੱਖਣੇ ਨੂੰ ਵੀ ਪੰਜਾਬ ਦੇ ਸਾਰੇ ਬੰਦੇ ਵਰਤ ਰੱਖ ਲਓ ਜਿੱਥੇ ਵੀ ਬੈਠੇ ਆ, ਫਿਰ ਕੇਜਰੀਵਾਲ ਛੁੱਟ ਜੂੰਗਾ, ਇਹਦਾ ਮਤਲਬ ਕੇਜਰੀਵਾਲ ਧੱਕਾ ਹੋ ਰਿਹਾ। ਦੇਖੋ ਮੋਦੀ ਨੇ ਤਾਂ ਆਪਣੇ ਡਰਾਇੰਗ ਰੂਮ ਵਿੱਚ ਨਹੀਂ ਬੰਦ ਕਰਿਆ, ਬਾਹੋ ਕਰਿਆ ਵਾ ਤਾਂ ਪ੍ਰਸ਼ਾਸਨ ਨੇ ਹੀ ਆ, ਪੁਲਿਸ ਨੇ ਫੜਿਆ। ਇਹ ਜਿਹੜੀਆਂ ਏਜੰਸੀਆਂ ਸਰਕਾਰ ਦੀਆਂ, ਭਾਵੇਂ ਸਰਕਾਰੀ ਦੁਰਵਰਤੋਂ ਕਰੇ ਕੁਰਵਰਤੋਂ ਕਰੇ, ਇਹਨੂੰ ਆਪਾਂ ਇੱਕ ਗੱਲ ਲੱਗਾ, ਪਰ ਉਹ ਹੋਇਆ ਤਾਂ ਨਿਆਂ ਪ੍ਰਣਾਲੀ ਦੇ ਅੰਡਰ ਸਾਰਾ ਕੁਛ। ਔਰ ਕੇਜਰੀਵਾਲ ਇਹ ਵੀ ਕਹਿ ਰਹੇ ਸਾਰੇ ਬੰਦੇ ਵੀ ਉਹਨੇ ਕੁਛ ਨਹੀਂ ਕਰਿਆ, ਫਿਰ ਉਹ ਕੁਛ ਨਹੀਂ ਕਰਿਆ ਰਾਮ ਗਿਲ ਬੈਠੇ, ਉਹ ਕਹੇ ਮੈਨੂੰ ਜਿੱਥੇ ਮਰਜ਼ੀ ਕਾਲੇ ਪਾਣੀ ਭੇਜ ਦਿਓ, ਮੈਂ ਕੁਛ ਨਹੀਂ ਕਰਿਆ, ਮੈਨੂੰ ਭਾਰਤ ਦੀ ਨਿਆਂ ਪ੍ਰਣਾਲੀ 'ਤੇ ਪੂਰਾ ਭਰੋਸਾ ਹੈ। ਇਹ ਜਿਹੜੀ ਨਿਆਂ ਪ੍ਰਣਾਲੀ ਆ ਇਹ ਮੇਰੇ ਕੋਲ ਗਲਤ ਨਹੀਂ ਹੋ ਸਕਦੀ, ਮੈਂ ਆਪਣੇ ਆਪ ਬਾਹਰ ਆਊਂਗਾ, ਤੁਸੀਂ ਰਾਮਗੜ੍ਹ ਲੋਕਾਂ ਨੂੰ ਕਹੇ ਕੰਮ ਕਰੋ, ਵਰਤ ਰੱਖਣ ਦੀ ਬਜਾਏ ਦੋ ਦੋ ਰੋਟੀਆਂ ਜ਼ਿਆਦਾ ਖਾਓ, ਵੀ ਮੇਰਾ ਫਿਕਰ ਨਾ ਕਰੋ, ਕਿਉਂਕਿ ਮੈਂ ਗਲਤ ਕੰਮ ਨਹੀਂ ਕਰਿਆ, ਮੈਨੂੰ ਫਿਕਰ ਨਹੀਂ ਹੈਗਾ, ਮੈਨੂੰ ਨਿਆਂ ਪ੍ਰਣਾਲੀ 'ਤੇ ਪੂਰਾ ਭਰੋਸਾ ਹੈ। ਜਾਂ ਫਿਰ ਠੋਕ ਕੇ ਕਹੇ ਕਿ ਨਿਆਂ ਪ੍ਰਣਾਲੀ 'ਤੇ ਮੈਨੂੰ ਇੱਕ ਨਵੇਂ ਪੈਸੇ ਦਾ ਭਰੋਸਾ ਨਹੀਂ ਹੈਗਾ, ਸਾਰੀ ਨਿਆਂ ਪ੍ਰਣਾਲੀ ਚੋਰਾਂ ਦੀ ਇਕੱਠੀ ਹੋਈ ਵੀ ਆ, ਸਾਰੀਆਂ ਏਜੰਸੀਆਂ ED ਤੋਂ ਲੈ ਕੇ ਸਭ ਚੋਰ ਇਕੱਠੇ ਹੋਏ ਵੇ ਆ, ਇੱਕ ਪਾਸੇ ਦਾ ਹੋ ਜਾਓ ਨਾ, ਜਾਂ ਤੁਸੀਂ ਭਰੋਸਾ ਕਰੋ ਜਾਂ ਬੇਭਰੋਸਗੀ ਕਰੋ, ਵਰਤ ਰਖਾਉਣੀ ਬੇਭਰੋਸਗੀ ਆ। ਅਤੇ ਇਹ ਕਹੀ ਜਾਣਾ ਕਿ ਸਾਨੂੰ ਭਰੋਸਾ ਹੈ, ਹੁਣ ਦੂਸਰੀ ਗੱਲ ਇੱਥੇ ਇਹਨੂੰ ਆਪਾਂ ਮਿਲਾ ਕੇ ਦੇਖਦੇ ਆ, ਮੇਰਾ ਇਹ ਮਤਲਬ ਨਹੀਂ ਹੈਗਾ ਉੱਕਾ ਹੀ, ਸਾਡਾ ਇੱਕ ਬੱਚਾ ਪੰਜਾਬ ਦਾ ਅੰਮ੍ਰਿਤਪਾਲ, ਬੱਚਾ ਜਾਣਦਾ ਕਿ ਉਸ ਬੰਦੇ ਨੇ ਨਹੀਂ ਕੋਈ ਗਲਤ ਕੰਮ ਕਰਿਆ, ਉਹ ਐਸਾ ਸਾਡਾ ਨਿਆਣਾ ਸੀ ਜਿਹਨੂੰ ਸੁਣ ਕੇ ਦੇਖ ਕੇ ਭੁੱਖ ਲੈਂਦੀ ਸੀ, ਜਿਹਦੀ ਹਰ ਗੱਲ ਬੰਦਾ ਐਂ ਸੁਣਦਾ ਸੀ ਯਾਰ ਕੋਈ ਬੋਲੀ ਜਾਵੇ ਅਸੀਂ ਸੁਣੀ ਜਾਈਏ, ਉਹ ਬੰਦਾ ਚੱਕ ਕੇ ਭੇਜਤਾ ਡੇਲ ਡਿਬਰੂਗੜ੍ਹ। ਮੈਂ ਗੱਲ ਇਹ ਕਹਿੰਦੇ ਆ ਵੀ ਏਜੰਸੀਆਂ ਧੱਕਾ ਕਰਦੀਆਂ ਜੀ, ਜੇ ਸਾਡੀ ਨਿਆਂ ਪ੍ਰਣਾਲੀ ਸਹੀ ਹੋਵੇ ਫਿਰ ਅਸੀਂ ਕਾਹਨੂੰ ਇੱਕ ਅਲੱਗ ਖਿੱਤੇ ਦੀ ਗੱਲ ਕਰੀਏ। ਅਤੇ ਉਹੀ ਗੱਲ ਹੁਣ ਕੇਜਰੀਵਾਲ ਹੋਰੀ ਕਹਿੰਦੇ ਆ ਜੀ ਵੀ ਜਦੋਂ ਕੇਜਰੀਵਾਲ ਕਹਿੰਦਾ ਵੀ ਭਾਈ ਐਂ ਕਰਕੇ
ਤਾਂ ਉਹ ਉਹਨਾਂ ਦੇ ਉੱਤੇ ਕੋਈ ਐਨਐਸਏ ਨਹੀਂ ਜੀ। ਹਾਂ, ਕੇਜਰੀਵਾਲ ਨੇ ਆਪਣੇ ਉਹ ਜ਼ੋਰ ਪਾਉਣੇ ਵਾਸਤੇ ਸਰਕਾਰ ਪਰ, ਆਪਣੀ ਮੈਜੋਰਟੀ ਦਿਖਾਉਣੇ ਵਾਸਤੇ, ਜਿੰਨੇ ਪੰਜਾਬ ਦੇ MLA ਆ, ਜਿੰਨੇ ਵਰਕਰ ਆ, ਸਭ ਨੂੰ ਕਹਿਤਾ ਉੱਥੇ ਦਿੱਲੀ ਆਓ। ਇਹ ਜਾਕੀ ਵੀ ਆਏ, ਉੱਥੇ ਬੈਠੇ ਆ। ਮੈਨੂੰ ਐਂ ਦੱਸੋ, ਮੰਨ ਲਓ ਕੇਜਰੀਵਾਲ ਧੱਕਾ ਹੋਇਆ, ਧੱਕਾ ਪਾਲਰ ਕੇਜਰੀਵਾਲ ਦੀ ਵਿਚਾਰਧਾਰਾ ਤਾਂ ਸੇਮ ਹੋ ਗਈ ਜੀ, ਬਿਲਕੁਲ ਸੇਮ ਹੋ ਗਈ। ਫਿਰ ਤੁਸੀਂ ਉਹਨੂੰ ਤਾਂ ਵਿਚਾਰੇ ਨੂੰ ਡਿਬਰੂਗੜ੍ਹ ਤੁਸੀਂ ਭੇਜਿਆ ਪੰਜਾਬ ਵਾਲਿਆਂ ਨੇ, ਉਹ ਕੇਜਰੀਵਾਲ ਤਾਂ ਉਹਦੇ ਨਾਲੋਂ ਫਿਰ ਸੌਖਾ। ਕੇਜਰੀਵਾਲ ਤਾਂ ਦਿੱਲੀ ਦਾ ਮੁੱਖ ਮੰਤਰੀ ਆ, ਦਿੱਲੀ ਦੀ ਜੇਲ੍ਹ 'ਚ ਬੈਠਾ, ਦਿੱਲੀ ਦੀਆਂ ਅਦਾਲਤਾਂ ਵਿੱਚ ਪੇਸ਼ ਹੋ ਰਿਹਾ, ਉਹ ਕਿੱਥੇ ਬੈਠਾ? ਡਿਬਰੂਗੜ੍ਹ, ਜਿੱਥੇ ਕੋਈ ਸਾਡੇ ਵਰਗਾ ਬੰਦਾ ਨਹੀਂ ਜਾ ਸਕਦਾ, ਉਹਨੂੰ ਮਿਲਣ ਨਹੀਂ ਜਾ ਸਕਦਾ ਕੋਈ ਬੰਦਾ, ਅਤੇ ਕੌਣ ਉੱਥੇ ਕੌਣ ਜਾਊਂਗਾ, ਕੌਣ ਧਰਨਾ ਦੇਣ ਜਾਊਂਗਾ ਉੱਥੇ ਉਹਦੇ ਖਿਲਾਫ਼, ਜਿਵੇਂ ਤਾਂ ਦਿੱਲੀ ਬੁਲਾ ਲਏ। ਇੱਕ ਹੋਰ ਤੁਸੀਂ ਦੇਖੋ, ਇੱਥੋਂ ਇਹਦੀਆਂ ਬੱਸਾਂ ਭਰ ਕੇ ਗਈਆਂ, ਉਹ ਤਾਂ ਹਰਿਆਣੇ ਵਾਲਿਆਂ ਨੇ ਵੀ ਜਾਣ ਦਿੱਤੀਆਂ। ਕਿਸਾਨਾਂ ਨੂੰ ਸੰਭੂ ਬਾਰਡਰ 'ਤੇ ਮਾਰ ਮਾਰ ਗੋਲੇ, ਉਹ ਸਦਾਈ ਕਰਤੇ ਉੱਥੇ ਹੀ ਬੈਠੇ, ਵੀ ਗਏ ਤਾਂ ਹਰਿਆਣੇ ਨੂੰ ਆਈਆਂ, ਇਹ ਤਾਂ ਨਹੀਂ ਹੈਗਾ ਕਿ ਬਾਇਆ ਰਾਜਸਥਾਨ ਗਏ ਆ ਇਹ, ਮਤਲਬ ਇਹਨਾਂ ਦੀ ਸਾਰੀ ਇੱਕੋ ਹੀ ਆ। ਉਹ ਵਿਚਾਰਾ ਉੱਥੇ ਬੈਠਾ ਹੈ ਗਰੀਬ ਬੰਦਾ, ਉਹ ਕੇਜਰੀਵਾਲ ਦੇ ਤਾਂ ਨਿਆਣੇ ਵੀ ਵਿਆਹੁਣੇ ਜੋਗੇ ਹੋਏ ਵੇ ਆ, ਉਹਦੇ ਤਾਂ ਬੱਚੇ ਦਾ ਕੱਲ੍ਹ ਵਿਆਹ ਹੋਇਆ। ਇਹਨਾਂ ਨੂੰ ਕਿਸੇ ਨੂੰ ਸ਼ਰਮ ਨਹੀਂ ਆਈ, ਕਿਸੇ ਨੂੰ ਦਇਆ ਨਹੀਂ ਆਈ, ਕਿਸੇ ਨੂੰ ਹਯਾ ਨਹੀਂ ਆਈ ਕਿ ਉਹ ਕੱਲ੍ਹ ਦਾ ਵਿਆਹ ਆ ਵੈ, ਉਹ ਬੱਚੀ ਸਾਡੀ ਧੀ, ਉਹਦੇ ਪਰ ਕਿਆ ਗੁਜ਼ਰਦੀ ਹੋਣੀ ਆ। ਕਿਸੇ ਨੇ ਨਹੀਂ ਪੁੱਛਿਆ ਉਹਨੂੰ, ਈਵਨ ਦੈਟ ਉਹਦਾ ਪਾਸਪੋਰਟ ਵੀ ਖੋ ਕੇ ਰੱਖਿਆ ਵਾ, ਕਹਿੰਦੇ ਮਤਲਬ ਉਹਦੀ ਕੋਈ ਗੱਲ ਨਹੀਂ ਕਰਦਾ। ਭਗਵੰਤ ਮਾਨ ਤੇ ਗਲੇ ਬੈਠੇ ਜਿਹਨਾਂ ਨਾਲ ਜਿੰਨੀਆਂ ਮਰਜ਼ੀ ਗੱਲਾਂ ਕੁਹਾ ਲਓ, ਇੱਕ ਵਾਰੀ ਟੁੱਟੇ ਮੂੰਹ ਨਾਲ ਅੰਮ੍ਰਿਤਪਾਲ ਦੀ ਨੇ ਗੱਲ ਨਹੀਂ ਕਰੀ। ਉਹ ਚੱਲ ਤੁਸੀਂ ਇਹੀ ਕਹਿ ਦਿਓ ਵੀ ਅੰਮ੍ਰਿਤਪਾਲ ਬਹੁਤ ਗਲਤ ਆ, ਉਹ ਡਿਬਰੂਗੜ੍ਹ ਜੇਲ੍ਹ ਜੋਗਾ ਹੀ ਤਾਂ, ਇਹ ਤਾਂ ਕਹਿ ਦਿਓ। ਫਿਰ NSA ਲਵਾਈ ਜਾ ਰਿਹਾ, ਹਾਂ ਅੱਗੇ ਤੋਂ ਅੱਗੇ ਜਦੋਂ ਛੁੱਟਣੇ ਦਾ ਮੌਕਾ ਆਉਂਦਾ ਫਿਰ, ਮਤਲਬ ਜਦ ਤੁਹਾਡੇ ਘਰ ਅੱਗ ਲੱਗੀ ਆ ਫਿਰ ਅੱਗ ਆ, ਜਾਂ ਦੂਏ ਦੇ ਘਰ ਲੱਗਦੀ ਆ ਫਿਰ ਬਸੰਤ ਆ। ਮੈਂ ਨਹੀਂ ਕਹਿੰਦਾ ਵੀ ਇਹ ਪਰ ਇੱਕ ਜੇ ਕੇਜਰੀਵਾਲ ਨੂੰ ਹੁਣ ਉੱਥੇ ਜੇਲ੍ਹ ਦੇ ਵਿੱਚ ਧੱਕੇ ਦਾ ਲੱਗ ਰਿਹਾ, ਪਤਾ ਵੀ ਧੱਕਾ ਕੀ ਚੀਜ਼ ਹੁੰਦੀ ਆ, ਸਿਹਤ ਵੀ ਖਰਾਬ ਹੋ ਰਹੀ ਆ, ਬਹੁਤ ਕੁਝ ਹੋ ਰਿਹਾ, ਤਾਂ ਫਿਰ ਉਹ ਧੱਕਾ ਜਿਹੜਾ ਇਹਨਾਂ ਨੇ ਕੀਤਾ ਉਹਨੂੰ ਵੀ ਸਮਝਣਾ ਚਾਹੀਦਾ। ਨਹੀਂ ਉਹ ਜਦ ਕਹਿ ਦੇਵੇ, ਸਭ ਤੋਂ ਪਹਿਲਾਂ ਭਗਵੰਤ ਮਾਨ ਨੂੰ ਕਹੇ ਵੀ ਪਹਿਲਾਂ ਅੰਮ੍ਰਿਤਪਾਲ ਨੂੰ ਬੁਲਾ ਬਾਈ ਇੱਥੇ, ਕਿ ਮੈਨੂੰ ਅੱਜ ਪਤਾ ਲੱਗਿਆ ਹੈ ਕਿ ਅਨਿਆਂ ਕਿਆ ਹੁੰਦਾ, ਅਨਿਆਂ ਦੀ ਚੀਜ਼ ਕਿਆ ਹੁੰਦੀ ਆ, ਵੀ ਅੱਜ ਮੇਰੇ ਗੱਲ ਧੱਕਾ ਹੋਇਆ, ਹੁਣ ਮੈਂ ਸਮਝ ਗਿਆ। ਜਾਂ ਫਿਰ ਕਹਿ ਦੇਵੇ ਕਿ ਜੀ ਨਹੀਂ, ਅੰਮ੍ਰਿਤਪਾਲ ਤਾਂ ਇਸ ਲਾਇਕੇ ਨਹੀਂ ਹੈਗਾ ਕਿ ਛੱਡਿਆ ਜਾਵੇ, ਉਹਦਾ ਦੇਸ਼ ਦੇ ਟੋਟੇ ਟੋਟੇ ਕਰ ਦੂੰਗਾ ਆਉਂਦੀ ਸਾਰੇ, ਉਹਦੇ ਕੋਲ ਤਾਂ ਕਰੋੜਾਂ ਦੀ ਫੌਜ ਆ, ਪਰ ਕੇਜਰੀਵਾਲ ਵਾਸਤੇ ਵਰਤ ਰੱਖੋ। ਫਿਰ ਕੇਜਰੀਵਾਲ ਕਹਿ ਦੇਵੇ ਭਾਈ ਮੈਂ ਨਹੀਂ, ਮੇਰੇ ਕੋਲ ਮੈਨੂੰ ਕੋਈ ਲੋੜ ਨਹੀਂ ਹੈਗੀ, ਮੈਂ ਬੈਠਾ ਜੇਲ੍ਹ 'ਚ ਬੈਠਣ ਤੋਂ ਕੋਈ ਗੱਲ ਨਹੀਂ, ਮੈਂ ਸੱਚ ਪਰ ਖੜਾ ਹੈ ਅਤੇ ਮੈਨੂੰ ਨਿਆਂ ਪ੍ਰਣਾਲੀ 'ਤੇ ਭਰੋਸਾ ਹੈ। ਮਤਲਬ ਕੇਜਰੀਵਾਲ ਨੂੰ ਨਿਆਂ ਪ੍ਰਣਾਲੀ 'ਤੇ ਨਾ ਭਰੋਸਾ, ਨਾ ਬੇਭਰੋਸਗੀ ਆ, ਕੁਛ ਵੀ ਨਹੀਂ ਹੈਗਾ। ਇਹ ਤਾਂ ਗੱਲ ਹੋ ਗਈ ਜੀ, ਤੁਸੀਂ ਇਹਦੀ ਧੱਕੇ ਦੀ ਗੱਲ ਕੀਤੀ ਹੈ, ਆਪਾਂ ਵਰਤ ਦੀ ਗੱਲ ਸ਼ੁਰੂ ਕੀਤੀ ਸੀ। ਹੁਣ ਵਰਤ ਤਾਂ ਸਾਡੇ ਆਪਣੇ ਜਿਹੜੇ ਪੰਜਾਬ ਦੇ ਵਿਧਾਇਕ ਆ ਉਹ ਕਿਰਪਾਨਾਂ ਵੀ ਉੱਤੋਂ ਪਾਉਂਦੇ ਆ ਜੀ, ਫਿਰ ਸਾਡੇ ਗੁਰੂ ਨੇ ਤਾਂ ਵਰਤ ਦੀ ਸਾਫ਼ ਤੌਰ 'ਤੇ ਮਨਾਹੀ ਕੀਤੀ ਹੋਈ ਹੈ ਜੀ। ਫਿਰ ਉਹਨਾਂ ਲਈ ਗੁਰੂ ਵੱਡਾ ਜਾਂ ਕੇਜਰੀਵਾਲ ਜੀ, ਉਹ ਵੀ ਹੁਣ ਪ੍ਰਚਾਰ ਰਿਹਾ ਜੀ ਇਹਨੂੰ, 7 ਤਰੀਕ ਨੂੰ ਭਾਈ ਵਰਤ ਰੱਖਣਾ। ਹਾਲਾਂਕਿ ਕਿਸੇ ਨੇ ਨਹੀਂ ਜੀ, ਕਿਸੇ MLA ਨੇ ਉਸ ਦਿਨ ਇਹ ਕਹੂਗਾ, ਕੋਈ PA ਨੂੰ ਆਪਣੇ ਨੂੰ ਕਹਿ ਦੂਗਾ ਵੀ ਮੈਂ ਹੁਣੇ ਆਇਆ, ਇਹਦਾ ਮਤਲਬ ਉਹ ਪ੍ਰਸ਼ਾਦਾ ਛਕਣ ਚੱਲਿਆ ਲੋਕ ਜੀਵ ਕੇ, ਹਾਂ ਨੰਬਰ ਬਣਾਉਣ ਵਾਸਤੇ ਕਰੇਗਾ। ਜਦ ਹਾਲਾਂਕਿ ਜਿਹੜੇ ਪੰਜਾਬ ਦੇ ਵਿੱਚ ਆ ਅੰਮ੍ਰਿਤਧਾਰੀ ਤੋਂ ਬਿਨਾਂ ਜਿਹੜੇ ਸਿੱਖ ਆ, ਜਿਹੜੇ ਗੁਰੂ ਗ੍ਰੰਥ ਸਾਹਿਬ ਵਿੱਚ ਆਸਥਾ ਰੱਖਦੇ ਆ, ਉਹ ਤਾਂ ਇਹ ਤਾਂ ਇੱਕ ਧਾਰਮਿਕ ਪ੍ਰਕਿਰਿਆ ਨਹੀਂ ਹੈਗੀ ਸਿੱਖ ਧਰਮ ਦੇ ਮੁਤਾਬਕ। ਦੇਖੋ ਹੋਰ ਧਰਮ ਕੁਛ ਕਹੇ, ਹਿੰਦੂ ਧਰਮ ਵਿੱਚ ਕਰਵਾ ਚੌਥ ਦਾ ਵਰਤ ਰੱਖੋ, ਉਹਦੀ ਉਮਰ ਬੜੀ ਹੋ ਜੂਗੀ, ਛੋਟੀ ਹੋ ਜੂਗੀ, ਉਹ ਇੱਕ ਗੱਲ ਵਿਸ਼ਾ ਹੈ। ਲੇਕਿਨ ਜਿਹੜਾ ਬੰਦਾ ਗੁਰੂ ਨਾਨਕ ਦੀ ਵਿਚਾਰਧਾਰਾ ਨਾਲ ਸਹਿਮਤ ਆ, ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦਾ ਹੈ, ਉਹਦੇ ਲਈ ਵਰਤ ਕੋਈ ਧਾਰਮਿਕ ਪ੍ਰਕਿਰਿਆ ਨਹੀਂ। ਭਗਤ ਕਬੀਰ ਜੀ ਨੇ ਬਹੁਤ ਸਾਫ਼ ਸੁਥਰੇ ਲਫ਼ਜ਼ਾਂ ਦੇ ਵਿੱਚ ਇਸ ਗੱਲ ਨੂੰ ਨਕਾਰਿਆ ਹੈ, ਛੋੜ ਅੰਨ ਕਰੇ ਪਖੰਡ, ਨਾ ਸੁਹਾਗਣ
ਨਾ ਉਹ ਰੰਡ, ਉਹ ਤਾਂ ਵਿਧਵਾਵਾਂ ਵਿੱਚ ਵੀ ਨਹੀਂ ਹੈਗੀ, ਸੁਹਾਗਣਾਂ ਵਿੱਚ ਵੀ ਨਹੀਂ ਹੈਗੀ, ਭਾਵ ਕਿਸੇ ਕੰਢੇ ਦਾ ਨਹੀਂ ਉਹ ਬੰਦਾ ਜਿਹੜਾ ਇਹ ਕਰਦਾ ਹੈ। ਅਤੇ ਸਾਡੇ ਬੰਦੇ ਨੂੰ ਤਾਂ ਕਰਨੀ ਹੋਣੀ ਚਾਹੀਦੀ ਗੱਲ, ਬਿਲਕੁਲ ਨਹੀਂ ਕਰਨੀ ਚਾਹੀਦੀ। ਸਾਡੇ ਜਿਹੜੇ ਅੰਮ੍ਰਿਤਧਾਰੀ ਆ, ਖਾਸ ਕਰ MLA ਕਾਫੀ ਆ ਵਿਚਾਰੇ, ਹੁਣੇ ਵਿਰੋਧ ਕਰਨਾ ਚਾਹੀਦਾ ਵੀ ਭਾਈ ਆ, ਜੇ ਉਹਦੀ ਤੰਦਰੁਸਤ ਨਹੀਂ ਕਰਨਾ, ਕੋਈ ਹੋਰ ਪ੍ਰੋਗਰਾਮ ਰੱਖ ਦਿਓ, ਅਸੀਂ ਆ ਜਾਵਾਂਗੇ, ਪਰ ਆਹ ਕੰਮ ਨਾ ਕਰੋ। ਨਹੀਂ ਹੋਰ ਵੀ ਕਿਉਂ ਰੱਖੋ, ਕੋਈ ਵੀ ਨਾ ਰੱਖੋ, ਕਹੋ ਜੀ ਸਾਨੂੰ ਭਾਰਤੀ ਨਿਆਂ ਪ੍ਰਣਾਲੀ 'ਤੇ ਪੂਰਾ ਭਰੋਸਾ, ਸਾਨੂੰ ਜੱਜਾਂ 'ਤੇ ਭਰੋਸਾ, ਸਾਨੂੰ ਆਪਣੇ ਵਕੀਲ 'ਤੇ ਭਰੋਸਾ ਹੈ, ਸਾਨੂੰ ਇਸ ਗੱਲ 'ਤੇ ਵੀ ਭਰੋਸਾ ਵੀ ਅਸੀਂ ਗਲਤ ਨਹੀਂ ਹੈਗੇ, ਫਿਰ ਇਹ ਕਹਿ ਦਿਓ। ਜਾਂ ਫਿਰ ਜੇ ਤੁਹਾਨੂੰ ਲੱਗਦਾ ਸਭ ਕੁਛ ਗਲਤ ਆ, ਤਾਂ ਸਭ ਤੋਂ ਪਹਿਲਾਂ ਭਗਵੰਤ ਮਾਨ ਨੂੰ ਚਾਹੀਦਾ ਕਿ ਭਾਈ ਉਹਨੂੰ ਇੱਥੇ ਲਿਆਓ, ਵਾਪਸ ਬਿਠਾ ਕੇ ਉਹਦੇ ਨਾਲ ਗੱਲਬਾਤ ਕਰੀਏ, ਉਹਨੂੰ ਘਰ ਭੇਜੀਏ, ਉਹ ਆਪਣੇ ਘਰ ਵਿੱਚ ਰਹੇ, ਉਹ ਨਸ਼ਿਆਂ ਦੇ ਖਿਲਾਫ ਪ੍ਰਚਾਰ ਕਰੇ, ਉਹ ਲੋਕਾਂ ਦਾ ਸੁਧਾਰ ਕਰੇ, ਅਸੀਂ ਉਹਦੇ ਨਾਲ, ਫਿਰ ਕਹੋ। ਬਿਲਕੁਲ, ਸੋ ਬਿਲਕੁਲ ਜਿਹੜੀਆਂ ਗੱਲਾਂ ਸੋਚਣ ਵਾਲੀਆਂ। ਸੋ ਗੱਲਬਾਤ ਅਸੀਂ ਜਿਹੜੀ ਸ਼ੁਰੂ ਕੀਤੀ ਸੀਗੀ ਉਹ ਲੀਡਰਾਂ ਦੇ ਇੱਧਰ ਉੱਧਰ ਆਉਣ ਜਾਣ 'ਤੇ ਗੱਲ ਕੀਤੀ ਸੀ, ਪਰ ਇੱਕ ਗੱਲ, ਚਲੋ ਆਪਾਂ ਇੰਟਰਵਿਊ ਨੂੰ ਇੱਥੇ ਸਮਾਪਤ ਕਰਦੇ ਹਾਂ। ਇੱਕ ਗੱਲ ਹੋਰ ਜੀ, ਜੇ ਜਿਵੇਂ ਹੁਣ ਬਹੁਤ ਸਾਰੀਆਂ ਅੱਗੇ ਤੁਸੀਂ ਇਲੈਕਸ਼ਨ ਕਮਿਸ਼ਨ ਦੇ ਨਾਲ ਵੀ ਗੱਲਬਾਤ ਕਰਕੇ ਆਏ ਨੋਟਾਂ ਨੂੰ ਲੈ ਕੇ, ਵੀ ਜੇ ਨੋਟਾਂ ਦੀਆਂ ਕੈਂਡੀਡੇਟ ਨਾਲੋਂ ਵੱਧ ਵੋਟਾਂ ਪੈ ਜਾਵੇ, ਕਹਿੰਦੇ ਉਹਦੀ ਇਲੈਕਸ਼ਨ ਕਮਿਸ਼ਨ ਕੋਲ ਹੈ ਵੀ ਉਹਨੇ ਚੋਣ ਕਰਵਾਉਣੀ ਜਾਂ ਨਹੀਂ ਕਰਵਾਉਣੀ, ਪਰ ਉਹਦੇ ਬਾਰੇ ਥੋੜ੍ਹਾ ਦੱਸੋ। ਦੇਖੋ, ਅੱਜ ਇੱਕੋ ਹੀ ਕੈਂਡੀਡੇਟ ਬਦਲ ਬਦਲ ਕੇ ਆ ਰਿਹਾ ਹੈ, ਭਾਜਪਾ ਤੋਂ ਬਾਅਦ ਉੱਧਰ ਚਲੇ ਗਿਆ, ਉੱਧਰ ਚਲੇ ਗਿਆ। ਮੰਨ ਲਓ ਲੋਕਾਂ ਨੂੰ ਗੁੱਸਾ ਹੈ ਕਿ ਜੀ ਅਸੀਂ ਤਾਂ ਪਾਰਟੀ ਦੇ 5 ਬੰਦੇ ਖੜ੍ਹੇ ਆ, ਸਾਨੂੰ 5 ਨਹੀਂ ਚੰਗੇ ਲੱਗਦੇ, ਉਹਨਾਂ ਵਾਸਤੇ ਆਪਸ਼ਨ ਤਾਂ ਦੇ ਦਿੱਤੀ ਚੋਣ ਕਮਿਸ਼ਨ ਨੇ, ਇੱਕ ਮਸ਼ੀਨ ਦੇ ਵਿੱਚ ਨੋਟਾਂ ਦਾ ਬਟਨ ਆ ਸਭ ਤੋਂ ਨੀਚੇ ਲੱਗਿਆ ਵਾ ਹੁੰਦਾ, ਉਹਨੂੰ ਦੱਬ ਦਿਓ। ਉਹਦਾ ਸੌਖੇ ਲਫ਼ਜ਼ਾਂ ਵਿੱਚ ਮਤਲਬ ਇਹ ਆ ਕਿ ਮੈਨੂੰ ਕੋਈ ਵੀ ਕੈਂਡੀਡੇਟ ਪਸੰਦ ਨਹੀਂ ਹੈਗਾ, ਇਹ ਮੇਰੇ ਹਲਕੇ ਦਾ ਭਲਾ ਨਹੀਂ ਕਰ ਸਕਦਾ, ਜਾਂ ਕਹਿ ਲਓ ਪੰਜਾਬੀ 'ਚੋਂ ਵੀ ਇਹ ਸਾਰੇ ਚੋਰ ਇਕੱਠੇ ਹੋਏ, ਮੈਨੂੰ ਨਹੀਂ ਚੰਗਾ ਲੱਗਦਾ ਕੋਈ ਵੀ। ਅਤੇ ਉਹ ਗੁੱਸਾ ਤਾਂ ਦਿਖਾ ਸਕਦਾ ਹੈ, ਪਰ ਉਸ ਗੁੱਸੇ ਦਾ ਪ੍ਰਤੀਕਰਮ ਕੋਈ ਨਹੀਂ ਹੈਗਾ, ਕਿਉਂਕਿ ਮੈਂ ਚੋਣ ਕਮਿਸ਼ਨ ਦੇ ਦਫ਼ਤਰ ਕੱਲ੍ਹ ਸੈਕਟਰੀਏਟ ਜਾ ਕੇ ਆਇਆ, ਮੈਨੂੰ ਪੁੱਛਿਆ ਉੱਥੇ ਜਿਹੜੇ ਬੈਠੇ ਆ, ਉਹ ਕਹਿੰਦੇ ਜੀ ਸਿਰਫ ਕਾਨੂੰਨ ਵਿੱਚ ਇਹੀ ਆ ਕਿ ਜੇ ਨੋਟਾਂ ਨੂੰ ਵੋਟਾਂ ਕੈਂਡੀਡੇਟ ਨਾਲੋਂ ਵੱਧ ਮਿਲ ਜਾਂਦੀਆਂ, ਜੇ ਤਾਂ 5-10 ਵੱਧ ਮਿਲਦੀਆਂ, ਮਤਲਬ ਕੈਂਡੀਡੇਟ ਹੇਠਾਂ ਰਹਿ ਜਾਂਦੇ, ਨੋਟਾਂ ਉੱਪਰ ਚਲੇ ਜਾਂਦਾ, ਫਿਰ ਵੀ ਚੋਣ ਕਮਿਸ਼ਨਰ ਫੈਸਲਾ ਲੈ ਲੈਂਦਾ ਹੈ ਕਿ ਜਿਹਨੂੰ ਸਭ ਤੋਂ ਵੋਟਾਂ ਵੱਧ ਪਈਆਂ ਨੋਟਾਂ ਤੋਂ ਬਾਅਦ, ਉਹ ਬੰਦਾ ਜੇਤੂ ਆ। ਜੇ ਜ਼ਿਆਦਾ ਫਰਕ ਪੈ ਜਾਵੇ ਕਿ ਸਮਝ ਲਓ 100 'ਚੋਂ 70 ਵੋਟਾਂ ਤਾਂ ਪੈ ਗਈਆਂ ਇਕੱਲੇ ਨੋਟਾਂ ਨੂੰ, 30 ਪਈਆਂ ਸਾਰਿਆਂ ਨੂੰ, ਉਸ ਹਾਲਤ ਵਿੱਚ ਕਹਿੰਦਾ ਫਿਰ ਚੋਣ ਦੁਬਾਰਾ ਹੁੰਦੀ ਆ। ਮੈਂ ਕਿਹਾ ਜਦੋਂ ਦੁਬਾਰਾ ਚੋਣ ਹੁੰਦੀ ਆ ਫਿਰ ਉਮੀਦਵਾਰ ਵੀ ਬਦਲੇ ਜਾਂਦੇ ਆ? ਕਹਿੰਦਾ ਨਹੀਂ, ਉਮੀਦਵਾਰ ਉਹੀ ਰੱਖਣੇ ਹੁੰਦੇ ਆ। ਨਹੀਂ, ਜਿਹੜੇ ਬਦਲਣੇ ਬਦਲ ਲਵੇ, ਰੱਖਣੇ ਰੱਖ ਲਵੇ, ਮਤਲਬ ਹਾਂ ਰੱਖਣੇ ਰੱਖ ਲਵੇ। ਹੁਣ ਮੈਨੂੰ ਇਹ ਦੱਸੋ ਕਿ ਜਿਹੜੇ ਲੋਕਾਂ ਨੇ ਇੰਨਾ ਗੁੱਸਾ ਕੱਢਿਆ ਉਹਨਾਂ ਪਰ, ਉਹਨਾਂ ਦਾ ਕਿਆ ਵੈਲਿਊ ਰਹੀ ਆ? ਜਾਂ ਤਾਂ ਚੋਣ ਕਮਿਸ਼ਨਰ ਸੋਧ ਕਰੇ ਇਹਦੇ 'ਚ ਕਿ ਜੀ ਜਿਹੜੇ ਬੰਦੇ ਨੂੰ ਨੋਟਾਂ ਤੋਂ ਹੇਠਾਂ ਵੋਟਾਂ ਪਈਆਂ ਹੈ, ਉਹਨੂੰ 15 ਵਾਸਤੇ ਚੋਣ ਨਹੀਂ ਲੜੂੰਗਾ ਕੋਈ ਵੀ, ਉਹ ਕਿਸੇ ਤਰ੍ਹਾਂ ਦੀ ਵੀ, ਉਹ ਨਕਾਰਾ ਬੰਦਾ ਹੈ ਸਮਾਜ ਦਾ। ਜੇ ਇਹ ਕਰ ਦੇਵੇ ਚੋਣ ਕਮਿਸ਼ਨਰ, ਤਾਂ ਲੋਕ ਆਪਣਾ ਗੁੱਸਾ ਕੱਢ ਲੂੰਗੇ, ਲੋਕ ਨੋਟਾਂ ਨੂੰ ਵੱਧ ਤੋਂ ਵੱਧ ਦੱਬੂੰਗੇ ਕਿ ਸਾਨੂੰ ਕੋਈ ਪਸੰਦ ਨਹੀਂ ਜੇ ਨਹੀਂ ਚੱਜਦਾ ਕੋਈ ਕੈਂਡੀਡੇਟ। ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਇੱਕ ਪੱਧਰ 'ਤੇ ਕਰੋ, ਜੇ ਤੁਹਾਨੂੰ ਕੋਈ ਚੰਗਾ ਲੱਗਦਾ ਹੈ ਸਮਾਜਿਕ ਤੌਰ 'ਤੇ, ਆਪਣੇ ਹਿੱਤਾਂ ਵਾਸਤੇ ਨਹੀਂ ਵੀ ਇਹ ਮੈਨੂੰ ਠੇਕਾ ਦਊਂਗਾ ਫਿਰ ਕੋਈ, ਜਾਂ ਮੈਨੂੰ ਸ਼ਰਾਬ ਦੇ ਠੇਕੇ ਦਵਾਂਗਾ, ਉਹ ਨਹੀਂ, ਤੁਹਾਨੂੰ ਲੱਗਦਾ ਕਿ ਸਮਾਜ ਵਾਸਤੇ ਬੰਦਾ ਠੀਕ ਨਹੀਂ, ਫਿਰ ਤੁਸੀਂ ਦੱਬ ਦਿਓ। ਅਤੇ ਚੋਣ ਕਮਿਸ਼ਨਰ ਕਹੇ 15 ਵਾਸਤੇ ਦੇਣੀ ਨਹੀਂ, ਜਗਦੀਪ ਜੀ ਜੇ ਹੋ ਜਾਂਦੀ ਪ੍ਰਕਿਰਿਆ ਤਾਂ ਮੈਂ ਦਾਅਵੇ ਨਾਲ ਕਹਿੰਦਾ ਹੈ ਹਰ ਪਾਰਟੀ ਜਿਹੜਾ ਚੰਗੇ ਕਿਰਦਾਰ ਵਾਲਾ ਕੈਂਡੀਡੇਟ ਦੀਆਂ ਮਿੰਨਤਾਂ ਕਰਕੇ ਲਿਆਊਂਗੀ ਵੀ ਸਾਡੇ ਕੋਲ ਤਾਂ ਸਾਰੇ ਚੋਰ ਚਕਾਰ ਹੈ, ਤਾਂ 15 ਵਾਸਤੇ ਜਾਂਦੇ ਰਹਿਣੇ ਆ, ਵੀ ਤੂੰ ਆ ਜਾ। ਔਰ ਇੱਕੋ ਇੱਕ ਰਸਤਾ ਅੱਜ ਇਹ ਬਚਿਆ ਹੈ ਕਿ ਸਾਡਾ ਕਾਨੂੰਨ ਬਦਲ ਕੇ ਕਰੇ ਕਿ ਜੇ ਨੋਟਾਂ ਦੀਆਂ ਵੋਟਾਂ ਜ਼ਿਆਦਾ ਹੋ ਗਈਆਂ ਤਾਂ ਉਹ ਕੈਂਡੀਡੇਟ 15 ਵਾਸਤੇ ਕੋਈ ਚੋਣ ਨਹੀਂ ਲੜੂੰਗਾ।
ਅਤੇ ਲੋਕਾਂ ਨੂੰ ਕਹੇ ਵੀ ਭਾਈ ਜੇ ਤੁਹਾਨੂੰ ਗੁੱਸਾ ਹੁਣ ਇੱਕੋ ਹੀ ਗੁੱਸਾ ਲੋਕਾਂ ਨੂੰ ਕੱਢਣ ਦਾ ਜ਼ਰੀਆ, ਫਿਰ ਨੋਟਾ ਦੱਬ ਦਿਓ ਸਾਰੇ, ਇੱਕ ਵਾਰੀ ਦਿਖਾ ਦਿਓ ਆਪਣਾ ਵੀ ਚੱਲ ਬਾਤ ਪਤਾ ਲੱਗ ਜੂਗਾ ਵੀ ਲੋਕ ਚੰਗਾ ਚਾਹੁੰਦੇ ਆ, ਅਤੇ ਜੇ ਲੋਕ ਮਾੜਾ ਹੀ ਚਾਹੁੰਦੇ ਆ ਫਿਰ ਜੁੱਤੀਆਂ ਖਾਈ ਜਾਓ ਇਹਦੇ ਪਿੱਛੇ। ਪਰ ਇਹਨਾਂ ਨੇ ਕਰਨਾ ਨਹੀਂ ਹੈਗਾ, ਕਿਉਂਕਿ ਜਿੰਨੇ ਕਾਨੂੰਨ ਜ਼ਿਆਦਾ ਬਣਦੇ ਆ ਉਹ ਸਾਰੇ ਆਪਣੇ ਬਚਾਓ ਵਿੱਚ ਰੱਖ ਕੇ ਬਣਦੇ, ਕਾਨੂੰਨ ਤਾਂ ਬਣਾਉਣੇ ਇਹਨਾਂ ਨੇ ਆ। ਹੁਣ ਇੱਕ ਫਿਲਮ ਦੇ ਵਿੱਚ ਸ਼ੂਟਿੰਗ ਹੁੰਦੀ ਆ, ਉਹ ਸਾਨੂੰ ਕੈਮਰੇ ਪਰ ਤਾਂ ਕਿਰਪਾਨਾਂ ਖੜਕਦੀਆਂ ਦਿਖਦੀਆਂ, ਤਾੜ ਤਾੜ ਵੀ ਪੜ੍ਹ ਦੂੰਗਾ ਇੱਕ ਦੂਜੇ ਨੂੰ, ਉਹ ਕਿਰਪਾਨਾਂ ਤਾਂ ਸਾਰੀਆਂ ਕਾਗਜ਼ ਦੀਆਂ ਬਣਾਈ ਵੀ ਹੁੰਦੀਆਂ ਉਹਨਾਂ ਨੇ, ਉਹ ਤਾਂ ਸਾਨੂੰ ਪੜ੍ਹਦੇ ਦਿਖੀ ਜਾਂਦੀਆਂ। ਜੇ ਕਿਰਪਾਨਾਂ ਸੱਚੀ ਦੀਆਂ ਹੋਵੇ ਤਾਂ ਸਾਰੇ ਐਕਟਰ ਵੱਢ ਹੋ ਜਾਵੇ। ਇਸ ਕਰਕੇ ਜਿਹੜੇ ਕਾਨੂੰਨ ਬਣਾਉਂਦੇ ਆ ਗੱਤੇ ਦੀਆਂ ਕਿਰਪਾਨਾਂ ਹੀ ਆ, ਤੋ ਤਾਂ ਕਰਕੇ ਇਹਨਾਂ ਦੇ ਆਪਣੇ ਬੰਦੇ ਨਾਲ ਵੱਢ ਹੋਵੇ ਅਤੇ ਅਸੀਂ ਤਾੜੀਆਂ ਮਾਰੀ ਜਾਈਏ ਪਰਦੇ ਪਰਦੇ ਕੇ ਵੀ ਫਲਾਣੇ ਨੇ ਕਿਰਪਾਨ ਕਹਿੰਦੇ ਹਰੀ ਲਿਆਤੀ, ਫਲਾਣੇ ਢਾਲ ਗੱਲੂ ਦਾ ਬਾਹਰ ਰੋਕ ਲਿਆ, ਜਦਕਿ ਉਹ ਗੱਤੇ ਦੀ ਉਹ ਕਿਰਪਾਨ ਆ, ਗੱਤੇ ਦਾ ਹੀ ਢਾਲ ਆ। ਸੋ ਜੇ ਦੇਸ਼ ਨੂੰ ਬਚਾਉਣਾ ਹੈ ਤਾਂ ਸਖ਼ਤ ਫੈਸਲੇ ਲੈਣੇ ਪਊਂਗੇ, ਨਹੀਂ ਤਾਂ ਮੈਨੂੰ ਨਹੀਂ ਲੱਗਦਾ ਕਿ ਸਾਡੇ ਜਿਉਂਦੇ ਜੀ ਕੋ ਬਦਲਣ ਦੀ ਆਸ, ਕਿਉਂਕਿ ਆਖਰੀ ਕਰੰਤੀ ਇਹ ਕੇਜਰੀਵਾਲ, ਇਹਤੋਂ ਬਾਅਦ ਹੁਣ ਲੋਕਾਂ ਨੂੰ ਭਰੋਸਾ ਵੀ ਨਹੀਂ ਰਿਹਾ, ਇਹ ਆਖਰੀ ਆ, ਹੁਣ ਤੋਂ ਬਾਅਦ ਕਿਸੇ ਨੇ ਕਿਸੇ ਪਰ ਭਰੋਸਾ ਨਹੀਂ ਕਰਨਾ, ਸੁਆਦੀ ਖੇ ਹੋ ਹੀ ਜਾਣੀ ਆ। ਸੋ ਮੈਂ ਇਹ ਬੇਨਤੀ ਕਰਦਾ ਹੈ ਇਹਨਾਂ ਨੂੰ ਸਾਰਿਆਂ ਲੋਕਾਂ ਨੂੰ ਵੀ ਭਾਈ ਰਲ ਮਿਲ ਕੇ ਨੋਟਾ ਵਾਲਾ ਲਿਆਓ ਇੱਕ ਵਾਰੀ, ਉਹ ਵੀ ਤਜਰਬਾ ਕਰ ਲਈਏ, ਕੇਜਰੀਵਾਲ ਤੋਂ ਬਾਅਦ ਇੱਕ ਨੋਟਾ ਹੀ ਰਹਿ ਗਿਆ ਜਿਹਦੇ ਕਰਕੇ ਸੁਧਰਨ ਦੀ ਆਸ ਆ। ਜੇ ਇਕੱਠੇ ਹੋ ਗਏ ਲੋਕ ਨੋਟਾਂ ਨੂੰ ਲਿਆਉਂਗੇ ਤਾਂ ਮੈਨੂੰ ਲੱਗਦਾ ਸੁਧਰ ਜੂੰਗੇ, ਨਹੀਂ ਤਾਂ ਫਿਰ ਨੋਟੇ ਦੀ ਬਜਾਏ ਸੋਟਾ ਹੀ ਰਹਿਣਾ, ਇੱਥੇ ਸਿਰ 'ਚ ਵੱਜੀ ਜਾਣਾ ਅਤੇ ਖਾਈ ਜਾਓ ਭਾਈ ਜਿੰਨਾ ਚਿਰ ਜਿਉਂਦੇ ਆ। ਠੀਕ ਹੈ ਜੀ, ਸੋ ਰਣਜੀਤ ਸਿੰਘ ਪਟਿਆਲਾ ਵਿਅੰਗ ਕਰਦੇ ਨੇ ਪਰ ਅਸਲੀਅਤ ਹੈ ਇਹਨਾਂ ਦੀਆਂ ਗੱਲਾਂ ਜਿਹੜੀਆਂ ਨਾ ਉਹ ਪੇਂਡੂ ਭਾਸ਼ਾ ਦੇ ਵਿੱਚ ਲੋਕਾਂ ਦੇ ਸਮਝ ਵੀ ਆਉਂਦੀਆਂ ਨੇ, ਦੇਸੀ ਸਟਾਈਲ ਦੇ ਵਿੱਚ ਬੋਲਦੇ ਨੇ ਪਰ ਇੱਕ ਦਰਦ ਰੱਖਦੇ ਆ ਯਾਰ। ਇਹ ਆਪਣਾ ਮੈਂ ਇੱਥੇ ਅੱਜ ਦੱਸਣਾ ਚਾਹੁੰਦਾ ਕਿ ਇਹਨਾਂ ਦਾ ਇੰਨਾ ਵਧੀਆ ਰੋਪੜ ਦੇ ਵਿੱਚ ਏਸੀਆਂ ਦਾ ਸਪੇਅਰ ਪਾਰਟ ਦਾ ਕੰਮ ਹੈ ਬਾਈ ਜੀ, ਬਹੁਤ ਤਕੜਾ ਕੰਮ ਹੈ ਰੋਪੜ ਦੇ ਵਿੱਚ, ਇਹਨਾਂ ਦੇ ਬਰਾਬਰ ਦਾ ਕੰਮ ਨਹੀਂ ਹੋਣਾ ਕੋਈ ਜਿਹੜੀ ਇਹਨਾਂ ਦੀ ਲਾਈਨ ਦਾ ਕੰਮ ਹੈ। ਪਰ ਆਪਣਾ ਕੰਮ ਕਾਰ ਛੱਡ ਕੇ ਵੀ ਪੰਜਾਬੀਆਂ ਲਈ ਆਉਂਦੇ ਨੇ, ਇਹ ਨਹੀਂ ਵੇਖਦੇ ਵੀ ਮੇਰੇ ਕੰਮ ਨੂੰ ਕੋਈ ਅੜਚਣ ਆ ਸਕਦੀ ਹੈ। ਸੋ ਦਰਦ ਆ, ਦਰਦ ਲੈ ਕੇ ਆਉਂਦੇ ਨੇ ਰਣਜੀਤ ਸਿੰਘ ਪਟਿਆਲਾ ਸਾਹਿਬ ਹਮੇਸ਼ਾ, ਸੋ ਅਸੀਂ ਇਹਨਾਂ ਦਾ ਰਿਣੀ ਵੀ ਹਾਂ। ਸੋ ਲੋਕਾਂ ਨੂੰ ਸਮਝਣਾ ਚਾਹੀਦਾ ਵੀ ਯਾਰ ਤੁਹਾਡੇ ਮਗਰ ਤੁਹਾਡੇ ਲਈ ਲੋਕ ਲੱਗੇ ਹੋਏ ਨੇ, ਸੋ ਸਮਝੋ ਕੁਝ ਯਾਰ, ਮੂਰਖ ਨਾ ਬਣੋ। ਇਹ ਲੋਕ ਸਾਨੂੰ ਮੂਰਖ ਬਣਾ ਰਹੇ ਨੇ, ਵਰਤ ਰਖਾਰ ਖਾ ਕੇ ਵਰਤ ਰਹੇ ਨੇ, ਸੋ ਇਹਨਾਂ ਤੋਂ ਇਹ ਸਾਨੂੰ ਨਾ ਵਰਤ ਸਕਣ, ਉਹਦੇ ਲਈ ਤੁਸੀਂ ਸੂਝਵਾਨ ਹੋ ਜਾਓ ਮੇਰੇ ਵੀਰਿਓ। ਬਹੁਤ ਧੰਨਵਾਦ ਜੀ।